ਵਾਹਿਗੁਰੂ ਸਾਹਿਬ ਜੀ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਭਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ, ਆਪ ਮੁਕਤ। ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਸੱਜ ਕਰਕੇ ਮਿਲ ਬੈਠੀ ਸੰਗਤ ਜੀ, ਵਡਭਾਗੇ ਹੋ ਜੋ ਇਸ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਦਾਰੇ ਕਰ ਰਹੇ ਹੋ। ਆਪ ਜੀ ਅੱਜ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ, ਜਿਨ੍ਹਾਂ ਨੂੰ ਖਿਤਾਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਦਿੱਤਾ ਆ, ਆਪਾਂ ਉਹਨਾਂ ਦੇ ਸੰਬੰਧ ਵਿੱਚ ਬੈਠੇ ਹਾਂ ਤੇ ਉਹੀ ਬੈਠੇ ਹਾਂ, ਆਪਾਂ ਕੋਈ ਵੱਖਰੇ ਨਹੀਂ, ਉਹੀ ਬੈਠੇ ਹਾਂ। ਜਿਹੜਾ ਖੂਨ ਕਦੇ ਬਾਬਾ ਜੀਵਨ ਸਿੰਘ ਸਾਹਿਬ ਦੀ ਹੁਣਾਂ ਦੀਆਂ ਰਗਾਂ ਵਿੱਚ ਸੀ, ਉਹੀ ਖੂਨ ਅੱਜ ਸਾਡੀਆਂ ਰਗਾਂ ਵਿੱਚ ਹੈ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਜਿਹੜੇ ਵਡੇਰਿਆਂ ਦੇ ਇਤਿਹਾਸ ਤੋਂ ਸਾਨੂੰ ਬਹੁਤ ਲੰਮੇ ਸਮੇਂ ਤੋਂ ਵਰਜ ਕੇ ਰੱਖਿਆ ਹੈ, ਰੋਕ ਕੇ ਰੱਖਿਆ ਹੈ, ਅਣਦੇਖਾ ਕੀਤਾ ਹੈ, ਉਹ ਇਤਿਹਾਸ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਆਪਣੀ ਰਸਨਾ ਦੇ ਪਾਸੋਂ ਆਪ ਕਰਵਾ ਲੈਣ। ਆਰੰਭਤਾ ਤੋਂ ਪਹਿਲਾਂ ਸਾਰੀ ਸੰਗਤ ਇਕਾਗਰ ਹੋ ਕਰਕੇ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਪਾਵਨ ਇਤਿਹਾਸ ਦੇ ਵਿੱਚ ਚਿੱਤ ਲਾਉਣ ਦੀ ਕੋਸ਼ਿਸ਼ ਕਰਿਓ, ਪ੍ਰੇਮ ਦੇ ਨਾਲ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀਵਨ ਸਿੰਘ ਸਾਹਿਬ ਜੀ ਨਾ ਬੜੇ ਵੱਡੇ ਯੋਧੇ ਸਨ, ਸੂਰਵੀਰ ਸਨ, ਬੜੀ ਬਹਾਦਰ ਸਨ, ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਰਹਿ ਕਰਕੇ ਸਮੇਂ ਦੀ ਹਕੂਮਤ ਨੂੰ ਦੱਸਿਆ ਕਿ ਗੁਰੂ ਕੇ ਸਿੱਖ ਕੀ ਹੁੰਦੇ ਹਨ, ਗੁਰੂ ਕੇ ਸਿੰਘ ਸਿੰਘਣੀਆਂ ਕੀ ਹੁੰਦੇ ਹਨ। ਸੰਗਤ ਜੀ ਉਹਨਾਂ ਦੇ ਹੀ ਖੂਨ ਆਪਾਂ ਬੈਠੇ ਹਾਂ। ਇੱਕ ਛੋਟੀ ਜੀ ਗੱਲ ਕਹਿੰਦੇ ਕਿ ਜਿਹੜਾ ਸ਼ੇਰ ਹੁੰਦਾ ਨਾ, ਬੱਬਰ ਸ਼ੇਰ, ਉਹ ਜਦੋਂ ਕਿਤੇ ਜੰਗਲ ਵਿੱਚ ਗਰਜਦਾ ਨਾ ਤੇ ਉਹਦੇ ਗਰਜਣ ਦੀ ਆਵਾਜ਼, ਉਹਦੇ ਗਰਜਣ ਦੀ ਆਵਾਜ਼ ਪੂਰੇ ਜੰਗਲ ਵਿੱਚ ਸੁਣਦੀ ਆ, ਤੇ ਜਦੋਂ ਸ਼ੇਰ ਗੱਜਦਾ ਹੈ ਤੇ ਜਿਹੜੇ ਛੋਟੇ ਜਾਨਵਰ ਹੁੰਦੇ ਸਾਰੇ ਲੁਕ ਜਾਂਦੇ ਕਿ ਬੱਬਰ ਸ਼ੇਰ ਨੇ ਹਾਕ ਮਾਰੀ ਆ। ਤੁਸੀਂ ਦਰਬਾਰ 'ਚ ਸਿੰਘ ਤੇ ਸਿੰਘਣੀਆਂ ਸੱਜੇ ਹੋ, ਪਤਾ ਲੱਗੇ ਸ਼ੇਰ ਗੱਜੇ ਆ, ਪਤਾ ਲੱਗੇ ਅੱਜ ਮਜ਼ਬੀ ਗੱਜੇ ਆ, ਪਤਾ ਲੱਗੇ ਗੁਰੂ ਕਾ ਖਾਲਸਾ ਗੱਜਾ ਹੈ, ਸੰਗਤ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਸਾਹਿਬ ਜੀ, ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਜੀ ਸੀ। ਭਾਈ ਜੈਤਾ ਨਾਮ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪ ਆਪਣੀ ਗੋਦ ਵਿੱਚ ਚੁੱਕ ਕੇ ਨਾ, ਬਾਬਾ ਜੈਤਾ ਜੀਆਂ ਨੂੰ ਗੋਦ ਵਿੱਚ ਚੁੱਕ ਕੇ ਤੇ ਆਪ ਆਪਣੇ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਹੁਣਾਂ ਨੇ ਨਾਮ ਭਾਈ ਜੈਤਾ ਰੱਖਿਆ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਮੇਂ ਤੇ ਇੱਕ ਸਿੱਖ ਦੀ
ਤੁਸੀਂ ਨਾਮ ਨੂੰ ਬਹੁਤ ਹੀ ਸੁਣਦੇ ਹੋ, ਬਹੁਤ ਹੀ ਮੰਨਦੇ ਹੋ, ਜਿਨ੍ਹਾਂ ਨੂੰ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਦਾ ਖਿਤਾਬ ਮਿਲਿਆ ਹੈ। ਬਾਬਾ ਬੁੱਢਾ ਸਾਹਿਬ ਜੀਆਂ ਦੇ ਹਾਣੀ ਭਾਈ ਕਲਿਆਣਾ ਜੀ, ਭਾਈ ਕਲਿਆਣਾ ਜੀਆਂ ਦੇ ਅੱਗੇ ਲੜਕੇ ਸਨ ਬਾਬਾ ਸੁਖ ਭਾਣ ਜੀ, ਬਾਬਾ ਸੁਖ ਭਾਣ ਜੀਆਂ ਦੇ ਅੱਗੇ ਲੜਕੇ ਸਨ ਬਾਬਾ ਜਸ ਭਾਣ ਜੀ, ਬਾਬਾ ਜਸ ਭਾਣ ਜੀਆਂ ਦੇ ਲੜਕੇ ਸਨ ਸਦਾਨੰਦ ਜੀ, ਤੇ ਸਦਾਨੰਦ ਜੀਆਂ ਦੇ ਲੜਕੇ ਸਨ ਭਾਈ ਜੈਤਾ ਜੀ। ਤੇ ਇਹਨਾਂ ਦਾ ਨਾਮ ਜਿਹਨਾਂ ਦਾ ਮਾਤਾ ਜੀਆਂ ਦਾ ਨਾਮ ਇਤਿਹਾਸ ਵਿੱਚ ਮਾਤਾ ਪ੍ਰੇਮੋ ਹੁੰਦਾ ਨਾ, ਵੈਸੇ ਇਹਨਾਂ ਦਾ ਨਾਮ ਸੰਗਤ ਜੀ ਲਾਜਵੰਤੀ ਸੀ, ਪ੍ਰੇਮੋ ਨਾਮ ਨਹੀਂ ਸੀ। ਪ੍ਰੇਮੋ ਨਾਮ ਤਾਂ ਮਾਤਾ ਗੁਜਰੀ ਜੀ ਹੁਣਾਂ ਨੇ ਆਪ ਆਪਣੇ ਮੁਖਾਰ ਬਿੰਦ ਤੋਂ ਰੱਖਿਆ, ਕਿਉਂਕਿ ਮਾਤਾ ਲਾਜਵੰਤੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਤਾ ਗੁਜਰੀ ਜੀ ਹੁਣਾਂ ਦੇ ਨਾਲ ਗੁਰੂ ਕੇ ਸਿੱਖਾਂ ਦੇ ਨਾਲ ਬਹੁਤ ਪ੍ਰੇਮ ਕਰਦੇ ਸਨ, ਤੇ ਪ੍ਰੇਮ ਨੂੰ ਵੇਖ ਕਰਕੇ ਉਹਨਾਂ ਨੇ ਉਹਨਾਂ ਦਾ ਨਾਮ ਮਾਤਾ ਪ੍ਰੇਮੋ ਜੀ ਰੱਖਿਆ। ਇੱਕ ਸੰਗਤ ਜੀ ਪ੍ਰੋਫੈਸਰ ਜਸਵੰਤ ਸਿੰਘ ਜੀ ਹੋਏ ਆ, ਜਿਨ੍ਹਾਂ ਨੇ ਕਿਤਾਬ ਲਿਖੀ ਆ ਗੁਰੂ ਕੇ ਬੇਟੇ, ਉਹ ਗੁਰੂ ਕੇ ਬੇਟੇ ਕਿਤਾਬ ਵਿੱਚ ਉਹਨਾਂ ਨੇ ਟੂਕ ਮਾਤਰ ਲਿਖਿਆ ਹੈ, ਨਾਲ ਦੀ ਨਾਲ ਉਹਨਾਂ ਨੇ ਪ੍ਰਮਾਣ ਦੇ ਕੇ ਲਿਖਿਆ ਹੈ ਕਿ ਪਾਵਨ ਪਵਿੱਤਰ ਧਰਤੀ ਬਾਬਾ ਬਕਾਲਾ ਸਾਹਿਬ ਦੀ ਉੱਤੇ ਮਾਤਾ ਗੁਜਰ ਕੌਰ ਜੀ ਹੁਣਾਂ ਨੇ ਆਪਣੇ ਮੁਖਾਰ ਬਿੰਦ ਤੋਂ ਮਾਤਾ ਲਾਜਵੰਤੀ ਦਾ ਨਾਮ ਮਾਤਾ ਪ੍ਰੇਮੋ ਰੱਖਿਆ। ਕਰਦੇ ਹਨ ਜੇ ਸਮੇਂ ਸੰਗਤ ਜੀ ਜਨਮ ਧਾਰਨ ਕਰਦੇ ਨਾ, ਉਸ ਸਮੇਂ ਬਾਬਾ ਸਦਾਨੰਦ ਜੀ ਹੁਣੇ ਆਪਣੇ ਬੱਚੇ ਨੂੰ ਚੁੱਕ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਗੋਦ ਵਿੱਚ ਰੱਖ ਦਿੰਦੇ ਆ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ, ਇਹ ਜਿਹੜਾ ਲਾਲ ਹੈ, ਇਹ ਲਾਲ ਤੁਹਾਡਾ ਦਿੱਤਾ ਹੋਇਆ ਹੈ, ਕਿਰਪਾ ਕਰਕੇ ਤੁਸੀਂ ਇੱਕ ਪਿਓ ਹੋਣ ਦਾ ਫਰਜ਼ ਅਦਾ ਕਰੋ, ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਆਪਣੀ ਗੋਦ ਵਿੱਚ ਚੁੱਕ ਕਰਕੇ ਇਹਨਾਂ ਦਾ ਨਾਮ ਰੱਖੋ। ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹਨਾਂ ਦਾ ਚਿਹਰਾ ਦੇਖ ਕੇ ਨਾ, ਮੁੱਖ ਦੇਖ ਕੇ ਇਹਨਾਂ ਦਾ ਨਾਮ ਰੱਖਿਆ ਭਾਈ ਜੈਤਾ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਨਾਲ ਹੀ ਵਰ ਦੇ ਦਿੱਤਾ, ਆਉਣ ਵਾਲੇ ਸਮੇਂ ਵਿੱਚ ਜਿੱਥੇ ਵੀ ਜੈਤਾ ਅੜ ਜਾਇਆ ਕਰੇਗਾ, ਜਿੱਥੇ ਵੀ ਇਹ ਜੀਵਨ ਸਿੰਘ ਅੜ ਜਾਇਆ ਕਰੇਗਾ, ਉੱਥੇ ਹਮੇਸ਼ਾ ਹੀ ਜਿੱਤ ਪ੍ਰਾਪਤ ਹੋਇਆ ਕਰੇਗੀ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਐਸਾ ਵਰ ਦਿੱਤਾ, ਇਤਿਹਾਸ ਆਪ ਜੀਆਂ ਨੇ ਭਾਈ ਸਾਹਿਬ ਦੇ ਹੁਣਾਂ ਦੇ ਕੋਲੋਂ ਸਰਵਣ ਕੀਤਾ ਹੀ ਆ ਕਿ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੇ ਸਮੇਂ ਪਾਵਨ ਪਵਿੱਤਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਖਰੀਦਦੇ ਆ ਨਾ, ਉਸ ਸਮੇਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ 3 ਸਾਲ ਪਹਿਲਾਂ 1673 ਈਸਵੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਤੇਗ ਬਹਾਦਰ ਮਹਾਰਾਜ ਪਰਿਵਾਰ ਸਮੇਤ ਪਟਨਾ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਪੱਕੇ ਆਉਂਦੇ ਆ, ਤੇ 1670 ਈਸਵੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਕੱਲੇ ਆ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀਆਂ ਦੀ ਧਰਤੀ ਨੂੰ ਖਰੀਦਦੇ ਆ। ਜੇ ਸਮੇਂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ 1673 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਨਾ, ਉਸ ਸਮੇਂ ਕਸ਼ਮੀਰ ਦੇ ਦੁਖੀ ਪੰਡਿਤ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਆ ਕਰਕੇ ਅਰਦਾਸ ਕਰਦੇ ਆ, ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਵਿੱਚ ਸਾਡੇ ਸਰੀਰ ਤੇ ਚੋਟੀਆਂ ਨਹੀਂ ਰਹਿਣਗੀਆਂ, ਸਾਡੇ ਸਿਰਾਂ ਤੇ ਇਹ ਬੋਦੀਆਂ ਨਹੀਂ ਰਹਿਣਗੀਆਂ, ਸਾਡੇ ਮੱਥੇ ਤੇ ਜਿਹੜੇ 7 ਤਿਲਕ ਲੱਗੇ ਆ 7 ਤਿਲਕ ਨਹੀਂ ਰਹਿਣਗੇ, ਸਾਡੇ ਡੌਲਿਆਂ ਤੇ ਜਿਹੜੇ ਜਨੇਊ ਬੱਜੇ ਆ ਇਹ ਜਨੇਊ ਨਹੀਂ ਰਹਿਣਗੇ, ਸਾਡੇ ਗਲਾਂ ਦੇ ਵਿੱਚ ਉਹ ਧਾਗੇ ਜਿਹੜੇ ਆ ਆਉਣ ਵਾਲੇ ਸਮੇਂ ਵਿੱਚ ਖਤਮ ਹੋ ਜਾਣਗੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ,
ਤੁਸੀਂ ਸਾਡੇ ਗਰੀਬੜਿਆਂ ਦੀ ਲਾਜ ਰੱਖੋ। ਤੇ ਸੱਜੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਕਸ਼ਮੀਰੀ ਪੰਡਤਾਂ ਨੂੰ ਆਖਿਆ ਕਿ ਪੰਡਤੋ ਖੁੱਲ ਕੇ ਦੱਸੋ ਕਿ ਗੱਲ ਕੀ ਹੈ। ਉਹਨਾਂ ਨੇ ਉਸ ਸਮੇਂ ਕਿਹਾ ਕਿ ਸਮੇਂ ਦੀ ਹਕੂਮਤ ਔਰੰਗਜ਼ੇਬ ਬਾਦਸ਼ਾਹ ਦੀ ਆ। ਔਰੰਗਜ਼ੇਬ ਬਾਦਸ਼ਾਹ ਨੇ ਇੰਨਾ ਕਹਿਰ ਕਮਾ ਦਿੱਤਾ ਕਿ ਜਿਹੜਾ ਵੀ ਕੋਈ ਬ੍ਰਾਹਮਣ ਪੰਡਿਤ ਦਿਖਦਾ ਨਾ, ਉਹਦੀ ਚੋਟੀ ਨੂੰ ਵੱਢ ਦਿੱਤਾ ਜਾਂਦਾ ਆ, ਉਹਦੇ ਕੋਲੋਂ ਇਸਲਾਮ ਕਬੂਲ ਕਰਾਇਆ ਜਾਂਦਾ ਹੈ। ਜੇ ਕੋਈ ਇਸਲਾਮ ਕਬੂਲ ਨਹੀਂ ਕਰਦਾ ਤੇ ਬ੍ਰਾਹਮਣਾਂ ਦੀਆਂ ਪੰਡਿਤਾਂ ਦੀਆਂ ਵਿਆਹ ਕਰ ਲੈਂਦੇ ਆ। ਇੱਕ ਮਹੀਨਾ ਦੋ ਮਹੀਨਾ ਸਾਡੀਆਂ ਧੀਆਂ ਨੂੰ ਆਪਣੇ ਘਰ ਰੱਖ ਕੇ ਦੋਵਾਂ ਮਹੀਨਿਆਂ ਬਾਅਦ ਘਰੋਂ ਕੱਢ ਦਿੰਦੇ ਆ। ਸੱਜੇ ਪਾਤਸ਼ਾਹ ਜੀ ਕਿਰਪਾ ਕਰਕੇ ਇਲਾਜ ਰੱਖੋ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਖਿਆ ਇੱਕ ਹੱਲ ਹੈ, ਜੇ ਕੋਈ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਜਿਹੜਾ ਕਹਿਣੀ ਕਥਨੀ ਦਾ ਪੂਰਾ ਹੋਵੇ, ਜੇ ਉਹ ਤੁਹਾਡੇ ਇਸ ਕਹਿਰ ਨੂੰ ਰੋਕਣ ਵਾਸਤੇ ਆਪਣਾ ਬਲੀਦਾਨ ਦੇ ਦੇਵੇ ਤੇ ਤੁਹਾਡਾ ਇਹ ਜਿਹੜਾ ਕਹਿਰ ਹੈ ਉਹ ਰੁਕ ਸਕਦਾ ਹੈ। ਕਸ਼ਮੀਰੀ ਪੰਡਿਤਾਂ ਨੇ ਨੀਵੀਂ ਪਾਈ, ਕਿਉਂ? ਕਿਉਂਕਿ ਕਸ਼ਮੀਰੀ ਪੰਡਿਤ ਤਾਂ ਆਪ ਦੁਖੀ ਸਨ, ਫਿਰ ਸੋਚਣ ਲੱਗ ਗਏ ਕਿ ਸਾਡੇ ਵਿੱਚ ਜੇ ਕੋਈ ਇੰਨਾ ਵੱਡਾ ਨਾਮਕਾਰੀ ਜਾਂ ਫਿਰ ਇੰਨਾ ਨਾਮ ਜਪਣ ਵਾਲਾ ਹੁੰਦਾ ਤੇ ਸੱਚੇ ਪਾਤਸ਼ਾਹ ਜੀ ਕੋਲ ਅਸੀਂ ਕਿਉਂ ਆਉਣਾ ਸੀ। ਇੰਨੇ ਵੇ ਸੰਗਤ ਜੀ 9 ਸਾਲ ਦੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦਾ ਨਾਮ ਗੋਬਿੰਦ ਰਾਏ ਕਰਕੇ ਆਉਂਦਾ ਆ, ਉਹ ਸੰਗਤ ਜੀ ਗੋਬਿੰਦ ਰਾਏ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਗੋਦ ਵਿੱਚ ਬੈਠਦੇ ਆ। ਪਿਤਾ ਜੀ ਦੱਸੋ ਕਿ ਇਹ ਪੰਡਿਤ ਰੋ ਰੋ ਕੇ ਤੁਹਾਨੂੰ ਕੀ ਕਹਿ ਰਹੇ ਆ? ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਖਿਆ ਕਿ ਇਹ ਪੰਡਿਤਾਂ ਦੇ ਸਿਰਾਂ ਤੋਂ ਇਹਨਾਂ ਦੇ ਪਰਿਵਾਰ ਦੇ ਸਾਏ ਉੱਡਦੇ ਜਾ ਰਹੇ ਆ। ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਮੰਦਿਰ ਵਿੱਚ ਟੱਲ ਨਹੀਂ ਖੜਕਿਆ ਕਰਨਗੇ, ਆਉਣ ਵਾਲੇ ਸਮੇਂ ਵਿੱਚ ਕਿਤੇ ਵੀ ਪੱਥਰ ਦੀ ਪੂਜਾ ਨਹੀਂ ਹੋਇਆ ਕਰੇਗੀ, ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀਆਂ ਸਿਰਾਂ ਤੇ ਚੋਟੀਆਂ ਨਹੀਂ ਹੋਣਗੀਆਂ, ਇਹਨਾਂ ਦੇ ਤਿਲਕ ਮਿਟ ਜਾਣਗੇ, ਇਹਨਾਂ ਦੇ ਤਵੀਤ ਮਿਟ ਜਾਣਗੇ। ਤੇ ਇਹ ਰੋ ਰੋ ਕੇ ਕਹਿ ਰਹੇ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਕੇ ਤੁਸੀਂ ਸਾਡੀ ਲਾਜ ਪਤ ਰੱਖ ਲਓ। ਤੇ ਸੰਗਤ ਜੀ, ਗੁਰੂ ਗੋਬਿੰਦ ਰਾਏ ਮਹਾਰਾਜ ਜੀ 9 ਸਾਲ ਦੇ ਸੀ। 9 ਸਾਲ ਦੇ ਬੱਚੇ ਨੂੰ ਭਲਾ ਕਿੰਨੀ ਕੁ ਸੋਧ ਹੁੰਦੀ ਆ? 9 ਸਾਲ ਦਾ ਬੱਚਾ ਜਿਹੜਾ ਹੁੰਦਾ ਨਾ, ਉਹ ਜਾਂ ਤਾਂ ਆਪਣੇ ਹਾਣੀਆਂ ਦੇ ਨਾਲ ਖੇਡਣ ਦੇ ਵਿੱਚ ਰਹਿੰਦਾ ਆ, ਜਾਂ ਫਿਰ ਉਹ ਖਾਣ ਵਾਲੇ ਪਦਾਰਥਾਂ ਵਿੱਚ ਲੱਗਾ ਰਹਿੰਦਾ। 9 ਸਾਲ ਦੇ ਬੱਚੇ ਨੂੰ ਕੋਈ ਗਿਆਨ ਦੀ, ਕੋਈ ਸ਼ਹੀਦੀ ਦੀ ਕੋਈ ਸੁਰਤ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਗੋਬਿੰਦ ਰਾਏ ਜੀ 9 ਸਾਲ ਵਿੱਚ ਕਹਿੰਦੇ, ਪਿਤਾ ਜੀ ਕਿਰਪਾ ਕਰਕੇ ਤੁਸੀਂ ਮੈਨੂੰ ਦੱਸੋ ਕਿ ਇਹਨਾਂ ਦਾ ਹੱਲ ਕਿਵੇਂ ਹੋਏਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਫਿਰ ਉਹੀ ਹੱਲ ਦੱਸਿਆ ਕਿ ਜੇ ਕੋਈ ਆਪਣੇ ਸੀਸ ਦੀ ਬਲੀ ਉੱਥੇ ਜਾ ਕਰਕੇ ਦੇ ਦੇਵੇ ਤੇ ਇਹਨਾਂ ਦਾ ਜਿਹੜਾ ਜਨੇਊ ਆ, ਇਹਨਾਂ ਦੇ ਜਿਹੜੇ ਤਿਲਕ ਆ, ਉਹ ਬਚ ਸਕਦੇ ਹਨ। ਤੇ ਗੋਬਿੰਦ ਰਾਏ ਜੀ ਹੱਥ ਜੋੜ ਕੇ ਕਹਿਣ ਲੱਗੇ, ਗੁਰੂ ਤੇਗ ਬਹਾਦਰ ਮਹਾਰਾਜ, ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਗੱਦੀ ਦੇ 9ਵੇਂ ਵਾਰਸ ਹੋ, ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਗੱਦੀ ਦੇ ਵਾਰਸ ਤਾਪਿਆ ਹੈ ਕਿ ਤੁਹਾਡੇ ਦਰ ਉੱਤੇ, ਤੁਹਾਡੇ ਦਰਬਾਰ ਉੱਤੇ ਜਿਹੜਾ ਵੀ ਆਉਂਦਾ ਹੈ ਕਦੇ ਵੀ ਰੋਂਦਾ ਵਾਪਸ ਨਾ ਜਾਵੇ। ਸੱਚੇ ਪਾਤਸ਼ਾਹ ਜੀ, ਹੋਰ ਕਿਸੇ ਨੂੰ ਕੀ ਦੇਖਣਾ ਆ? ਤੁਹਾਡੇ ਤੋਂ ਬਗੈਰ ਇਹ ਦੁਨੀਆਂ ਤੇ ਕਿਹੜਾ ਸੰਤ ਜੰਮਿਆ ਆ? ਕਿਰਪਾ ਕਰਕੇ ਤੁਸੀਂ ਜਾ ਕੇ ਆਪਣੇ ਸੀਸ ਦਾ ਬਲੀਦਾਨ ਦੇ ਦਵੋ। ਸੰਗਤ ਜੀ, ਬੱਚਿਆਂ ਦਾ ਪ੍ਰੇਮ ਜਿਹੜਾ ਹੁੰਦਾ ਨਾ, ਖਾਸ ਕਰਕੇ ਛੋਟੇ ਬੱਚਿਆਂ ਦਾ, ਮਾਤਾ ਪਿਤਾ ਦੇ ਨਾਲ ਬਹੁਤਾ ਹੁੰਦਾ ਆ। ਜੇ ਪਿਓ ਘਰੋਂ ਬਾਹਰ ਜਾਵੇ ਤਾਂ ਬੱਚਾ ਰੋਣ ਲੱਗ ਜਾਂਦਾ ਆ, ਮਾਂ ਕਿਤੇ 2 ਮਿੰਟ ਆਪਣੇ ਧੀ ਪੁੱਤ ਤੋਂ ਵੱਖਰੀ ਹੋ ਜਾਵੇ ਤੇ ਬੱਚਾ ਰੋਣ ਲੱਗ ਜਾਂਦਾ ਹੈ। ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ, ਜਿਨ੍ਹਾਂ ਨੂੰ ਪਤਾ ਹੈ ਕਿ ਜੇ
ਬਾਪੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਜਾ ਕੇ ਸੀਸ ਆਪਣਾ ਭੇਟਾ ਕਰ ਦੇਣਗੇ ਤੇ ਮੇਰੇ ਪਿਓ ਨੇ ਕਦੀ ਵਾਪਸ ਨਹੀਂ ਆਉਣਾ। ਪਰ ਫਿਰ ਵੀ ਬਾਪੂ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਹੱਸ ਕੇ ਕਹਿੰਦੇ, ਪਿਤਾ ਜੀ ਤੁਸੀਂ ਜਾਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਗੋਬਿੰਦ ਰਾਏ ਤੇਰੀ ਉਮਰ ਛੋਟੀ ਹੈ, 9 ਸਾਲ ਦੀ ਤੇਰੀ ਆਯੂ ਹੈ, ਸਾਨੂੰ ਪਤਾ ਹੈ ਜੇ ਅਸੀਂ ਇਹ ਪੰਡਿਤਾਂ ਦੇ ਤਿਲਕਾਂ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ ਤੇ ਔਰੰਗਜ਼ੇਬ ਬਾਦਸ਼ਾਹ ਚੁੱਪ ਨਹੀਂ ਰਹੇਗਾ, ਤੁਹਾਡੇ ਨਾਲ ਟੱਕਰ ਲੈਣ ਵਾਸਤੇ ਆਵੇਗਾ, ਤੁਸੀਂ ਛੋਟੇ ਹੋ, ਤੁਹਾਡੇ ਕੋਲ ਉਹਨਾਂ ਦੇ ਨਾਲ ਜੰਗ ਨਹੀਂ ਹੋਣੀ। ਤੇ ਸੰਜਗ ਜੀ ਉਸ ਸਮੇਂ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ 9 ਸਾਲ ਦੀ ਉਮਰ ਵਿੱਚ ਆਖਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਮੈਨੂੰ ਹੁਣ ਇੰਨੀ ਕੁ ਤਾਂ ਸਮਝ ਆ ਗਈ ਆ ਕਿ ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਨੀਆਂ ਤੋਂ ਗਏ ਤੇ ਉਹਨਾਂ ਨੇ ਆਉਣ ਵਾਲੇ ਸਮੇਂ ਵਿੱਚ ਆਪਣੀ ਜੋਤ ਇਹ ਦੁਨੀਆਂ ਤੋਂ ਨਹੀਂ ਘਲਾ ਦਿੱਤੀ, ਸਰੀਰ ਕਰਕੇ ਗਏ ਆ, ਜੋਤ ਉੱਥੇ ਹੀ ਹੈ। ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੇ ਤੁਹਾਡੀ ਸ਼ਹੀਦੀ ਦਿੱਲੀ ਵਿੱਚ ਹੁੰਦੀ ਆ ਤੇ ਮੈਨੂੰ ਪੱਕਾ ਪਤਾ ਆ ਕਿ ਤੁਸੀਂ ਸਰੀਰ ਕਰਕੇ ਚਾਹੇ ਇੱਥੇ ਨਹੀਂ ਪਰ ਆਪਣੀ ਕਰਾਮਾਤ ਕਰਕੇ ਇੱਥੇ ਹੋ। ਇੱਕ ਗੱਲ ਹੋਰ ਸੰਗਤ ਜੀ ਕਰਾਮਾਤ ਦੀ, ਵੈਸੇ ਮੇਰਾ ਮਨ ਆ ਕਿ ਪਿਛਲੀ ਵਾਰ ਵੀ ਮੈਂ ਕਥਾ ਕੀਤੀ ਸੀ ਤੇ ਸਮਾਂ ਘੱਟ ਸੀ, ਮੇਰਾ ਮਨ ਆ ਕਿ ਆਪਾਂ ਪੂਰਾ ਇਤਿਹਾਸ ਸੁਣੀਏ ਕਿ ਬਾਬਾ ਜੀਵਨ ਸਿੰਘ ਜੀਆਂ ਦਾ ਨਾਮ ਦੁਨੀਆਂ ਵਿੱਚ ਇੰਨਾ ਪ੍ਰਚਲਿਤ ਕਿਉਂ ਹੈ। ਕੋਈ ਵੀ ਰੰਗਰੇਟਾ ਸਿੱਖ ਜਦੋਂ ਉਹਦੇ ਸਾਹਮਣੇ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੀ ਕੋਈ ਤਸਵੀਰ ਆਉਂਦੀ ਹੈ, ਉਹਨਾਂ ਦਾ ਨਾਮ ਆਉਂਦਾ ਹੈ ਤੇ ਹਰੇਕ ਸਿੱਖ ਦਾ ਸੀਸ ਕਿਉਂ ਝੁਕ ਜਾਂਦਾ ਹੈ। ਮੇਰੀ ਕੋਸ਼ਿਸ਼ ਹੈ ਕਿ ਮੈਂ ਪੂਰਾ ਇਤਿਹਾਸ ਆਪ ਜੀਆਂ ਦੇ ਨਾਲ ਜਿੰਨਾ ਕੁ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੁਲਵਾਉਣਗੇ ਉਹਨਾਂ ਕੁ ਬੋਲੀਏ। ਮੈਂ ਗੱਲ ਕਰਨ ਲੱਗਾ ਸੀ ਕਰਾਮਾਤ ਦੀ। ਸੰਗਤ ਜੀ ਕਈ ਕਹਿੰਦੇ ਆ ਕਿ ਗੁਰੂ ਘਰ ਵਿੱਚ ਕਰਾਮਾਤਾਂ ਨਹੀਂ ਹੁੰਦੀਆਂ ਤੇ ਮੁਆਫ ਕਰਨਾ, ਜੇ ਗੁਰੂ ਘਰ ਵਿੱਚ ਕਰਾਮਾਤ ਨਹੀਂ ਹੈ ਤੇ ਜਦੋਂ ਬੀਬੀ ਰਜਨੀ ਆਪਣੇ ਪਿੰਗਲੇ ਕੋੜੀ ਪਤੀ ਨੂੰ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਚ ਆਉਂਦੇ ਆ ਤੇ ਇੱਕ ਪਾਵਨ ਅਸਥਾਨ ਦੇ ਉੱਤੇ ਆ ਕਰਕੇ ਇੱਕ ਪਵਿੱਤਰ ਜਲ ਵਿੱਚ ਇਸ਼ਨਾਨ ਕਰਦੇ ਆ ਤੇ ਉਹਨਾਂ ਦੇ ਸਰੀਰ ਦਾ ਕੋੜ ਦੂਰ ਹੋ ਜਾਂਦਾ, ਉਹ ਕਰਾਮਾਤ ਤੋਂ ਘੱਟ ਕੀ ਹੈ? ਜੇ ਬਾਬਾ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਹੁਣੀ ਹੱਸ ਕਰਕੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ, ਉਹ ਕਰਾਮਾਤ ਤੋਂ ਘੱਟ ਕੀ ਹੈ? ਜੇ ਬਾਪੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਜਾ ਕਰਕੇ ਆਪਣਾ ਸੀਸ ਚਾਂਦਨੀ ਚੌਂਕ ਵਿੱਚ ਸਮੂਹ ਸੰਗਤ ਦੇ ਅੱਗੇ ਅਰਪਣ ਕਰ ਦਿੰਦੇ ਆ, ਹੱਸ ਕਰਕੇ ਕਰ ਦਿੰਦੇ ਆ, ਕਿਸੇ ਹੋਰ ਧਰਮ ਵਾਸਤੇ ਕਰ ਦਿੰਦੇ ਆ ਤੇ ਉਹ ਕਰਾਮਾਤ ਤੋਂ ਘੱਟ ਕੀ ਹੈ? ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਦਰ ਉੱਤੇ ਕਰਾਮਾਤ ਹਰਿਮੰਦਰ ਸਾਹਿਬ ਜਾਓ, ਦਿਨਾਂ ਪ੍ਰਤੀ ਸੰਗਤ ਜੀ ਟੈਲੀਵਿਜ਼ਨਾਂ ਤੇ ਮੋਬਾਈਲਾਂ ਤੇ ਨਿਊਜ਼ਾਂ ਤੇ ਇੰਟਰਨੈਟ ਤੇ ਹਮੇਸ਼ਾ ਹੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਦਰ ਦੀਆਂ ਕਰਾਮਾਤਾਂ ਦਿਖਾਈਆਂ ਜਾਂਦੀਆਂ ਹਨ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਖਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿਰਪਾ ਕਰਕੇ ਤੁਸੀਂ ਜਾਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ, ਮੈਂ ਚਲਿਆ ਤਾਂ ਜਾਵਾਂਗਾ ਪਰ ਯਾਦ ਰੱਖੀ ਕਦੇ ਵਾਪਸ ਨਹੀਂ ਆਵਾਂਗਾ। ਕਦੇ ਵੀ ਤੂੰ ਕਿਸੇ ਨੂੰ ਪਿਓ ਨਹੀਂ ਕਹਿ ਸਕਦਾ, ਪਿਤਾ ਨਹੀਂ ਕਹਿ ਸਕਦਾ। ਤੇ ਬਾਪੂ ਗੁਰੂ ਗੋਬਿੰਦ ਰਾਏ ਮਹਾਰਾਜ ਜੀਆਂ ਨੇ ਜਵਾਬ ਦਿੱਤਾ, ਪਾਤਸ਼ਾਹ ਜੀ ਜੇ ਮੇਰੇ ਸਿਰ ਤੋਂ ਮੇਰੇ ਪਿਓ ਦਾ ਸਾਇਆ ਚਲੇ ਵੀ ਜਾਵੇਗਾ ਨਾ ਤੇ ਮੈਨੂੰ ਓਨੀ ਪਰਵਾਹ ਨਹੀਂ, ਪਰ ਇਹ ਜਿਹੜੇ ਹਿੰਦੂ ਬ੍ਰਾਹਮਣ ਪੰਡਿਤ ਆਏ ਆ
ਇਹਨਾਂ ਦੇ ਸਿਰਾਂ ਤੋਂ ਰੋਜ਼ ਇਹਨਾਂ ਦੇ ਪਿਤਾ ਜੀਆਂ ਦੇ ਸਾਏ ਜਾ ਰਹੇ ਆ। ਪਤਾ ਨੀ ਕਸ਼ਮੀਰ ਦੀ ਧਰਤੀ ਤੇ ਕਿੰਨੇ ਕੁ ਐਸੇ ਬੱਚੇ ਆ ਜਿਨ੍ਹਾਂ ਦੇ ਪਿਓ ਦਿਨਾਂ ਪ੍ਰਤੀ ਮਰ ਰਹੇ ਹਨ, ਕਿੰਨੀਆਂ ਐਸੀਆਂ ਮਾਵਾਂ ਹਨ ਜਿਹੜੀਆਂ ਬੇਪਤ ਕੀਤੀਆਂ ਜਾ ਰਹੀਆਂ ਹਨ, ਕਿੰਨੀਆਂ ਐਸੀਆਂ ਭੈਣਾਂ ਹਨ, ਕਿੰਨੀਆਂ ਨੌਵਾਂ ਹਨ ਜਿਹੜੀਆਂ ਬੇਪਤ ਕੀਤੀਆਂ ਜਾਂਦੀਆਂ ਹਨ। ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ, ਇਹਨਾਂ ਦਾ ਦੁੱਖ ਨੀ ਮੇਰੇ ਕੋਲ ਦੇਖਿਆ ਜਾਣਾ। ਇਹ ਸੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਨੇ 9 ਸਾਲ ਦੀ ਉਮਰ ਵਿੱਚ ਪਹਿਲਾਂ ਪਿਓ ਤੋਰਿਆ। ਫਿਰ ਸੰਗਤ ਜੀ, ਜਦੋਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ, ਆਪਾਂ ਘਰ ਦੇ ਵਿੱਚ ਕੋਈ ਛੋਟਾ ਜਿਹਾ ਪ੍ਰੋਗਰਾਮ ਕਰਨਾ ਹੋਵੇ ਨਾ, ਮੰਨ ਲਓ ਹੁਣ ਆਪਾਂ ਗੁਰਦੁਆਰਾ ਸਾਹਿਬ ਪ੍ਰੋਗਰਾਮ ਕੀਤਾ ਆ, ਇਹ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਕਰਨ ਤੋਂ ਪਹਿਲਾਂ ਆਪਾਂ 7-8 ਦਿਨ ਪਹਿਲਾਂ ਇੱਕ ਮੀਟਿੰਗ ਬਿਠਾਈ ਹੋਊਗੀ, ਉਹਦੇ ਵਿੱਚ ਸਾਰੀ ਵਿਚਾਰ ਕੀਤੀ ਹੋਊਗੀ ਕਿ ਕਿੰਨਾ ਆਪਾਂ ਸਮਾਂ ਪ੍ਰੋਗਰਾਮ ਕਰਨਾ ਆ, ਕੀ ਵਰਤਾਉਣਾ ਸੰਗਤ ਨੂੰ। ਜਾਣੀ ਕਿ ਪਹਿਲਾਂ ਬੈਠਦੇ ਆ ਘਰਾਂ ਵਿੱਚ ਕੋਈ ਪ੍ਰੋਗਰਾਮ ਕਰਦੇ ਆ ਤੇ ਹਫ਼ਤਾ ਹਫ਼ਤਾ ਪਹਿਲਾਂ, ਮਹੀਨਾ ਮਹੀਨਾ ਪਹਿਲਾਂ ਤਿਆਰੀਆਂ ਕਰਦੇ ਆ। ਤੇ ਅੱਜ ਬਾਪੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਜੇ ਆਪਣਾ ਸੀਸ ਦਿੱਲੀ ਵਿੱਚ ਅਰਪਣ ਕਰਨ ਜਾਣਾ ਤੇ ਕਦੇ ਆਪਣੇ ਦਿਮਾਗ ਉੱਤੇ ਜ਼ੋਰ ਪਾ ਕੇ ਦੇਖਿਓ, ਆਨੰਦਪੁਰ ਸਾਹਿਬ ਮੀਟਿੰਗਾਂ ਨਹੀਂ ਹੋਇਆ ਹੋਣਗੀਆਂ। ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੇ ਰੋਹ ਕੁਰਲਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਅੱਗੇ ਅਰਦਾਸਾਂ ਫਰਿਆਦਾਂ ਨਹੀਂ ਕੀਤੀਆਂ ਹੋਣਗੀਆਂ, ਪਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇੱਕ ਹੀ ਗੱਲ ਆਖੀ, ਕਿਉਂਕਿ ਗੁਰੂ ਨਾਨਕ ਦਾ ਦਰ ਕਹਿੰਦਾ ਹੈ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਹੋ ਹਮਾਰੇ ਪਾਸ, ਗਗਨ ਦਮਾਮਾ ਬਾਜਿਓ, ਭਰਿਓ ਨਿਸ਼ਾਨੇ ਘਾਓ, ਖੇਤ ਦਿਓ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾਡੈ ਖੇਤ। ਇਹ ਸੰਗਤ ਜੀ ਗੁਰੂ ਨਾਨਕ ਦੇ ਦਰ ਦੀ ਸਿੱਖਿਆ ਆ। ਮੁਆਫ ਕਰਨਾ ਅੱਜ ਦੇ ਸਮੇਂ ਵਿੱਚ ਗੁਆਂਢੀਆਂ ਘਰ ਲੜਾਈ ਹੋਣ ਲਈ ਹੋਵੇ ਨਾ, ਆਪਾਂ ਕਹਿੰਦੇ ਛੱਡੋ ਪਰਾ ਕੀ ਕਰਨਾ, ਬੱਲੇ ਬੱਲੇ ਚੱਲੇ, ਛੱਡੋ ਹੋਣ ਦੋ, ਜਿਹੜੇ ਲੜਦੇ ਲੜਨ ਦੋ। ਇੱਕ ਲੜਾਈ ਦੇ ਵਿੱਚ ਸੰਗਤ ਜੀ ਦੋ ਬੰਦੇ ਭਿੜਦੇ ਆ, ਇੱਕ ਦੂਜੇ ਦੀ ਲੱਤ ਬੰਨ ਟੁੱਟ ਜਾਂਦੀ, ਕਈਆਂ ਦੀ ਜਾਨ ਗਵਾ ਜਾਂਦੀ ਤੇ ਆਪਣੇ ਵਰਗੇ ਲਾਗੇ ਖਲੋਤੇ ਹੁੰਦੇ ਆ, ਪਰ ਗੁਰੂ ਨਾਨਕ ਦਾ ਦਰ ਕਹਿੰਦਾ ਜੇ ਤੂੰ ਸਿੱਖਿਆ ਨਾ ਤੇ ਪਹਿਲਾਂ ਤੇਰਾ ਫਰਜ਼ ਆ ਉਹਨਾਂ ਨੂੰ ਹਟਾ ਕਰਕੇ ਉਹਨਾਂ ਨੂੰ ਸਮਝਾ, ਤੇ ਜਿਹਦੀ ਗਲਤੀ ਆ ਉਹਦੇ ਵਿੱਚ ਗਲਤੀ ਕੱਢ, ਤੇ ਜਿਹਦਾ ਪੱਖ ਪੂਰਨਾ ਚਾਹੀਦਾ ਉਹਦਾ ਪੱਖ ਪੂਰ, ਪਰ ਮੁਆਫ ਕਰਨਾ ਅੱਜ ਦੇ ਸਮੇਂ ਵਿੱਚ ਸਿੱਖੋ, ਸਾਡੇ ਵਿੱਚ ਇੰਨੀ ਮੱਤ ਨਹੀਂ, ਆਪਾਂ ਤਮਾਸ਼ਾ ਵੇਖ ਸਕਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਸੰਗਤ ਜੀ ਮੀਟਿੰਗਾਂ ਕੀਤੀਆਂ, ਸਿੱਖਾਂ ਨੇ ਫਰਿਆਦਾਂ ਕੀਤੀਆਂ, ਅਰਦਾਸਾਂ ਕੀਤੀਆਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਜੇ ਤੁਸੀਂ ਚਲੇ ਗਏ ਤਾਂ ਆਹ ਜਿਹੜੀ ਆਨੰਦਾਂ ਦੀ ਪੁਰੀ ਆ ਜਿਹਦੇ ਵਿੱਚ ਰੌਣਕਾਂ ਲੱਗੀਆਂ ਆ, ਇਹ ਜਿਹੜਾ ਬਗੀਚਾ ਤੁਸੀਂ ਆਪ ਫੁੱਲਾਂ ਦਾ ਖਿਲਾਰ ਦਿੱਤਾ ਆ, ਇਹਦੇ ਵਿੱਚ ਤਾਂ ਵਿਰਾਨ ਪੈ ਜਾਵੇਗਾ। ਪਰ ਬਾਪੂ ਨੇ ਕਿਹਾ ਕਿ ਇਹ ਆਨੰਦਾਂ ਦੀ ਪੁਰੀ ਜਿਹੜੀ ਅਸੀਂ ਵਸਾ ਦਿੱਤੀ ਆ, ਆਉਣ ਵਾਲੇ ਸਮੇਂ ਵਿੱਚ ਇਹ ਆਨੰਦਾਂ ਦੀ ਪੁਰੀ ਏਦਾਂ ਹੱਸਦੀ ਵਸਦੀ ਰਹੇਗੀ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਸੰਗਤ ਜੀ 6 ਸਿੱਖ ਗਏ ਆ। ਪਹਿਲੇ ਸਿੱਖ ਦਾ ਨਾਮ ਭਾਈ ਜੈਤਾ ਜੀ, ਦਿੱਲੀ ਨੂੰ 6 ਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਗਏ ਆ। ਪਹਿਲੇ ਸਿੱਖ ਦਾ ਨਾਮ ਭਾਈ ਜੈਤਾ ਜੀ, ਦੂਜੇ ਭਾਈ ਮਤੀ ਦਾਸ, ਤੀਜੇ ਭਾਈ ਸਤੀ ਦਾਸ, ਚੌਥੇ ਭਾਈ ਦਿਆਲਾ ਜੀ, ਪੰਜਵੇਂ ਬਾਬਾ ਉਦੇ ਸਿੰਘ ਜੀ ਤੇ 6ਵੇਂ ਬਾਬਾ ਗੁਰਦਿੱਤਾ ਜੀ। ਇਹ 6 ਸਿੱਖ ਸੰਗਤ ਜੀ ਗਏ ਆ। ਸਿੰਘ ਸਾਹਿਬ ਜੀ ਹੁਣੀ ਇੱਕ ਗੱਲ ਕਰ ਰਹੇ ਸੀ ਕਿ ਬਾਬਾ ਜੈਤਾ ਜੀ ਹੁਣੀ ਜਿਹੜੇ ਆ ਉਹ ਪਿੱਛੇ ਰੁਕ ਗਏ ਸੀ।
ਇਹੀ ਗੱਲ ਕੀਤੀ ਨਾ ਕਿ ਉਹ ਪਿੱਛੇ ਰੁਕ ਗਏ ਸੀ। ਤੇ ਸੰਗਤ ਜੀ ਜਿਹੜੇ 57 ਸਲੋਕ ਆਪਾਂ ਭੋਗ ਵਿੱਚ ਪੜ੍ਹਦੇ ਆ ਨਾ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ 57 ਸਲੋਕ ਭੋਗ ਵੇਲੇ ਪੜ੍ਹਦੇ ਆ, ਇਹ ਸਲੋਕ ਕਦੇ ਬਾਬਾ ਜੈਤਾ ਜੀ ਹੁਣੀ ਦਿੱਲੀ ਦੀ ਜੇਲ੍ਹ ਵਿੱਚੋਂ ਆਨੰਦਪੁਰ ਸਾਹਿਬ ਲੈ ਕੇ ਗਏ ਸੀ। ਜੇ ਬਾਬਾ ਜੈਤਾ ਜੀ ਹੁਣਾਂ ਦੀ ਮੁਲਾਕਾਤ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਨਾਲ ਹੋਈ ਨਹੀਂ ਤੇ ਫਿਰ ਬਾਬਾ ਜੈਤਾ ਜੀ ਹੁਣੀ ਉਹ 57 ਸਲੋਕ ਉਹ ਪੋਥੀ ਸੰਪੂਰਨ ਕਿਵੇਂ ਆਨੰਦਪੁਰ ਸਾਹਿਬ ਲੈ ਗਏ। ਫਿਰ ਸੰਗਤ ਜੀ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸੀਸ ਉੱਤੇ ਜਿਹੜੀ ਕਲਗੀ ਜਿਗਾ ਲੱਗੀ ਆ, ਜਿਹੜੀ ਕਲਗੀ ਪੁਸ਼ਾਕਾ 1 ਨਾਰੀਅਲ 5 ਪੈਸੇ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਹੁਣਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਹੱਥੀ ਦੇ ਕੇ ਤੋਰਿਆ ਆ, ਜੇ ਬਾਬਾ ਜੈਤਾ ਜੀ ਹੁਣੀ ਜੇਲ੍ਹ ਦੇ ਅੰਦਰ ਗਏ ਨਹੀਂ ਤੇ ਫਿਰ ਸੰਗਤ ਜੀ ਉਹ 5 ਪੈਸੇ ਨਾਰੀਅਲ ਜਾਂ ਫਿਰ ਹੋਰ ਗੁਰਿਆਈ ਤਿਲਕ ਦੀ ਸਮੱਗਰੀ ਦਾ ਸਮਾਨ ਉੱਥੇ ਕਿਵੇਂ ਪਹੁੰਚ ਗਿਆ। ਇਸ ਕਰਕੇ ਸੰਗਤ ਜੀ ਭਾਈ ਜਸਵੰਤ ਸਿੰਘ ਪ੍ਰੋਫੈਸਰ ਜਸਵੰਤ ਸਿੰਘ ਜੀ ਹੁਣਾਂ ਨੇ ਜਿਹੜੀ ਕਿਤਾਬ ਲਿਖੀ ਹੈ ਗੁਰੂ ਕੇ ਬੇਟੇ, ਉਹ ਇਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਜੀਆਂ ਦੀ ਲਾਇਬ੍ਰੇਰੀ ਦੇ ਵਿੱਚ ਪਈ ਆ। ਉੱਥੋਂ ਦੇ ਸਿੰਘ ਸਾਹਿਬ ਉਹਨਾਂ ਦਾ ਸਨਮਾਨ ਕਰਦੇ ਆ, ਉਹਨਾਂ ਦੀ ਖੋਜ ਦੇ ਅੱਗੇ ਹਰੇਕ ਬੰਦੇ ਦਾ ਸਿਰ ਝੁਕਦਾ ਆ। ਉਹ ਸੰਗਤ ਜੀ ਕਦੇ ਪੜ੍ਹ ਕੇ ਦੇਖਿਓ ਕਿ ਬਾਬਾ ਜੈਤਾ ਜੀ ਹੁਣਾਂ ਨੇ ਆਪਣੀ ਜ਼ਿੰਦਗੀ ਵਿੱਚ ਕਿਹੜਾ ਰੋਲ ਪਲੇ ਕੀਤਾ ਸੀ। ਕਦੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪਾਵਨ ਸੀਸ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਖੜਨ ਵਿੱਚ। ਸੰਗਤ ਜੀ ਸ੍ਰੀ ਆਨੰਦਪੁਰ ਸਾਹਿਬ ਜਦੋਂ ਆਪਾਂ ਜਾਂਦੇ ਹਾਂ ਨਾ, ਤੇ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਦੀ ਜਿਹੜੀ ਦੂਰੀ ਆ ਨਾ, ਉਹ 322 ਕਿਲੋਮੀਟਰ ਆ। ਦਿੱਲੀ ਤੋਂ ਆਨੰਦਪੁਰ ਸਾਹਿਬ ਦੀ ਦੂਰੀ 322 ਕਿਲੋਮੀਟਰ ਆ। ਤੇ ਸੰਗਤ ਜੀ ਇਹ 322 ਕਿਲੋਮੀਟਰ ਦੀਆਂ ਦੀ ਜਿਹੜੀ ਦੂਰੀ ਆ ਨਾ, ਪਿਛਲੀ ਵਾਰੀ ਮੈਂ ਜ਼ਿਕਰ ਕੀਤਾ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਗਏ, ਉਹਦੇ ਵਿੱਚ ਕੁਝ ਪੜਾਅ ਬਾਬਾ ਜੈਤਾ ਜੀ ਹੁਣਾਂ ਨੇ ਕੀਤੇ ਸੀ। ਸਮਾਂ ਬੜਾ ਘੱਟ ਸੀ, ਆਪਾਂ ਇੱਕੋ ਪੜਾਅ ਦਾ ਜ਼ਿਕਰ ਕੀਤਾ ਸੀ ਤੇ ਇਹ ਵਾਅਦਾ ਕੀਤਾ ਸੀ ਆਉਣ ਵਾਲੇ ਸਮੇਂ ਵਿੱਚ ਆਪਾਂ ਜਿੰਨੇ ਵੀ ਪੜਾਅ ਉਹਨਾਂ ਨੇ ਕੀਤੇ ਆ ਉਹ ਪੜਾਅ ਆਪਾਂ ਤੁਹਾਨੂੰ ਸੁਣਾਵਾਂਗੇ ਕਿ ਉਹਨਾਂ ਨੇ ਆਪਣੇ ਰਸਤੇ ਵਿੱਚ ਕਿਹੜਾ ਸਮਾਂ ਵੇਖਿਆ, ਕਿਸ ਤਰੀਕੇ ਨਾਲ ਉਹਨਾਂ ਨੇ 322 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਉਹ ਤੈਅ ਕੀਤਾ। ਸੰਗਤ ਜੀ ਜੇ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਪਹੁੰਚਦੇ ਨਾ, ਉੱਥੇ ਪਹੁੰਚਣ ਤੋਂ ਬਾਅਦ ਸੰਗਤ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਇੱਕ ਕਾਲ ਕੋਠੜੀ ਦੇ ਵਿੱਚ ਰੱਖਿਆ ਜਾਂਦਾ ਆ। ਸੱਚੇ ਪਾਤਸ਼ਾਹ ਜੀ ਮਾਰਚ ਦੇ ਮਹੀਨੇ ਵਿੱਚ ਦਿੱਲੀ ਜਾਂਦੇ ਆ ਤੇ ਦਸੰਬਰ ਵਿੱਚ ਪਾਤਸ਼ਾਹ ਜੀਆਂ ਨੂੰ ਸ਼ਹੀਦ ਕੀਤਾ ਜਾਂਦਾ। 4 ਤੋਂ 5 ਮਹੀਨੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਉੱਥੇ ਤਸੀਹੇ ਦੇ ਕੇ ਈਨ ਮਨਾਈ ਗਈ ਆ। ਜਿਹੜੇ ਨਾਲ ਸਿੱਖ ਸਨ ਉਹਨਾਂ ਨੂੰ 4 ਮਹੀਨੇ 5 ਮਹੀਨੇ ਈਨ ਮਨਾਈ ਗਈ ਆ, ਤਸੀਹੇ ਦੇ ਕੇ, ਲਾਲਚ ਦੇ ਕੇ ਜਾਂ ਫਿਰ ਉਹਨਾਂ ਨੂੰ ਹੋਰ ਕਈ ਤਰੀਕਿਆਂ ਦੇ ਨਾਲ ਮਨਾਉਣ ਦਾ ਯਤਨ ਕੀਤਾ। ਪਰ ਉਹ ਇੱਕੋ ਗੱਲ ਜਾਣਦੇ ਸੀ ਕਿ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਲੋਕ ਪਰਲੋਕ ਵਿੱਚ ਸਹਾਈ ਹੋਣ ਵਾਲੇ ਆ, ਤੇ ਜੇ ਕਿਤੇ ਅੱਜ ਮਾਇਆ ਦੇ ਲਾਲਚ ਵਿੱਚ ਆ ਕੇ ਜਾਂ ਫਿਰ ਹੂਰਾਂ ਦੇ ਲਾਲਚ ਵਿੱਚ ਆ ਕੇ ਕੋਠੀਆਂ ਦੇ ਮਹਿਲਾਂ ਦੇ ਲਾਲਚ ਵਿੱਚ ਆ ਕੇ ਅੱਜ ਬਾਪੂ ਨੂੰ ਛੱਡ ਦਿੱਤਾ ਤੇ ਇਹ ਸੁੱਖ ਤਾਂ ਇੱਥੇ ਮਾਣ ਲਵਾਂਗੇ ਪਰ ਪਰਲੋਕ ਦੇ ਵਿੱਚ ਕਿਤੇ ਵੀ ਥਾਂ ਨਹੀਂ ਮਿਲਣੀ, ਉੱਥੇ ਸਾਰੇ ਦਰਵਾਜ਼ੇ ਬੰਦ ਹੋ ਜਾਣੇ। ਜਿਹੜਾ ਸੰਗਤ ਜੀ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਕੋਲ ਜਾਂਦਾ,
ਜਾਂਦਾ ਕਿਉਂਕਿ ਬਾਣੀ ਕਹਿੰਦੀ ਏਕ ਛੋੜ ਦੂਜੇ ਲੱਗੇ ਦੂਬੇ ਸੇਵਣ ਜਾ ਰਿਹਾ। ਉਹ ਸੰਗਤ ਜੀ ਬੰਦਾ ਕਹਿੰਦੇ ਨਾ ਇੱਥੋਂ ਦਾ ਰਹਿੰਦਾ ਤੇ ਨਾ ਉੱਥੋਂ ਦਾ ਰਹਿੰਦਾ ਆ। ਇਹ ਸਿੱਖਾਂ ਨੇ ਆਪਣਾ ਸਿਦਕ ਨਿਭਾਇਆ। ਜੇ ਸਮੇਂ ਸੰਗਤ ਜੀ 6 ਸਿੱਖਾਂ ਨੂੰ ਉੱਥੇ ਰੱਖਿਆ ਜਾਂਦਾ ਨਾ ਤੇ ਉੱਥੇ 3 ਸਿੱਖਾਂ ਦੀ ਸ਼ਹਾਦਤ ਹੁੰਦੀ ਆ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਜਿਵੇਂ ਸਿੰਘ ਸਾਹਿਬ ਜੀ ਉਹਨਾਂ ਨੇ ਆਪ ਜੀਆਂ ਨੂੰ ਦੱਸਿਆ, ਆਰੇ ਦੇ ਨਾਲ ਕੱਟਿਆ ਗਿਆ, ਰੂਲ ਪੇਟ ਕੇ ਸਾੜਿਆ ਗਿਆ, ਦੇਗੇ ਦੇ ਵਿੱਚ ਉਬਾਲਿਆ ਗਿਆ ਤੇ ਉਹਨਾਂ ਦੇ ਵਿੱਚੋਂ ਸੰਗਤ ਜੀ 3 ਸਿੱਖ ਜਿਹੜੇ ਰਹਿ ਗਏ ਸੀ, ਭਾਈ ਜੈਤਾ ਜੀ, ਬਾਬਾ ਉਦੇ ਸਿੰਘ ਸਾਹਿਬ ਜੀ ਅਤੇ ਬਾਬਾ ਗੁਰਦਿੱਤਾ ਜੀ, ਇਹ 3 ਸਿੱਖ ਰਹਿ ਗਏ। ਉਸ ਸਮੇਂ ਸੰਗਤ ਜੀ ਔਰੰਗਜ਼ੇਬ ਦੀ ਜਿਹੜੀ ਲੜਕੀ ਹੈ ਜਿਹਦਾ ਨਾਮ ਇਤਿਹਾਸ ਵਿੱਚ ਜੌਬ ਨਿਸ਼ਾ ਕਰਕੇ ਆਉਂਦਾ ਆ, ਇਹ ਜੌਬ ਨਿਸ਼ਾ ਗੁਰੂ ਨਾਨਕ ਦੇ ਘਰ ਦੀ ਬੜੀ ਵੱਡੀ ਉਪਾਸ਼ਕ ਸੀ, ਮੰਨਦੀ ਸੀ, ਪਤਾ ਸੀ ਗੁਰੂ ਨਾਨਕ ਦੀ ਕਰਾਮਾਤ ਕੀ ਆ। ਇਹ ਜੌਬ ਨਿਸ਼ਾ ਨੇ ਆ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬਾਪੂ ਮੈਂ ਆਪਣੇ ਪਿਓ ਔਰੰਗਜ਼ੇਬ ਬਾਦਸ਼ਾਹ ਨੂੰ ਆਪਣਾ ਅਸਲੀ ਪਿਓ ਨਹੀਂ ਮੰਨਦੀ, ਮੈਨੂੰ ਪਤਾ ਕਿ ਤੁਸੀਂ ਮੇਰੇ ਲੋਕ ਪਰਲੋਕ ਦੇ ਪਿਓ ਹੋ, ਤੁਸੀਂ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਇੱਕ ਸੇਵਾ ਪਾਓ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਖਿਆ, ਦੱਸੋ ਕੀ ਸੇਵਾ ਕਰਨੀ ਚਾਹੁੰਦੇ ਹੋ? ਜੌਬ ਨਿਸ਼ਾ ਨੇ ਆਖਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਮੇਰੇ ਕੋਲੋਂ ਇਹ ਤਸੀਹੇ ਨਹੀਂ ਵੇਖੇ ਜਾਂਦੇ, ਕਿਰਪਾ ਕਰਕੇ ਤੁਸੀਂ ਮੈਨੂੰ ਇੰਨੀ ਕੁ ਸੇਵਾ ਦਿਓ, ਮੈਂ ਤੁਹਾਨੂੰ ਜੇਲ੍ਹ ਵਿੱਚੋਂ ਕੱਢ ਦਿੰਦੀ ਹਾਂ, ਤੁਸੀਂ ਸ੍ਰੀ ਅਨੰਦਪੁਰ ਸਾਹਿਬ ਜੀਆਂ ਦੀ ਪਾਵਨ ਧਰਤੀ ਉੱਤੇ ਵਾਪਸ ਜਾਓ, ਸਿੱਖਾਂ ਨੂੰ ਦਰਸ਼ਨ ਦਾਰੇ ਦਿਓ। ਜਿਹੜੇ ਸਿੱਖ ਵੈਰਾਗੀ ਹੋ ਕੇ ਬੈਠੇ ਆ, ਜਿਹੜੇ ਪਰਿਵਾਰ ਰੋਟੀ ਪਾਣੀ ਛੱਡ ਕੇ ਬੈਠੇ ਆ, ਕਿਰਪਾ ਕਰਕੇ ਤੁਸੀਂ ਜਾ ਕੇ ਉਹਨਾਂ ਨੂੰ ਦਰਸ਼ਨ ਦੇਵੋ ਤਾਂ ਕਿ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵਾਪਸ ਆ ਸਕੇ। ਉਹਨਾਂ ਦਾ ਜਿਹੜਾ ਤਾਰਾ ਸੀ, ਉਹਨਾਂ ਦਾ ਜਿਹੜਾ ਚੰਨ ਸੀ, ਉਹਨਾਂ ਦਾ ਜਿਹੜਾ ਸੂਰਜ ਸੀ, ਗੁਰੂ ਨਾਨਕ ਦਾ ਪ੍ਰਕਾਸ਼, ਤੁਸੀਂ ਕਿਰਪਾ ਕਰਕੇ ਵਾਪਸ ਚਲੇ ਜਾਵੋ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਖਿਆ ਕਿ ਇਹ ਸੇਵਾ ਤਾਂ ਤੁਹਾਡੀ ਝੋਲੀ ਵਿੱਚ ਨਹੀਂ ਪੈ ਸਕਦੀ, ਕਿਉਂਕਿ ਜੇ ਮੈਂ ਤੁਹਾਡੇ ਕੋਲ ਆਇਆ ਆ ਤੇ ਕਦੇ ਉਹ ਗਰੀਬਾਂ ਨੇ ਆ ਕਰਕੇ ਅਰਦਾਸ ਕੀਤੀ ਸੀ ਗੁਰੂ ਨਾਨਕ ਦੇ ਦਰ ਤੇ ਕਿ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਕੇ ਸਾਡੀਆਂ ਧੀਆਂ ਭੈਣਾਂ ਦੀ ਪੱਤ ਨੂੰ ਬਚਾ ਲਾ, ਕਿਰਪਾ ਕਰਕੇ ਸਾਡੇ ਧਰਮ ਨੂੰ ਬਚਾ ਲਾ, ਕਿਰਪਾ ਕਰਕੇ ਸਾਡੇ ਮੰਦਰਾਂ ਨੂੰ ਬਚਾ ਲਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਖਿਆ ਇਹ ਸੇਵਾ ਤਾਂ ਨਹੀਂ, ਪਰ ਹਾਂ ਇੱਕ ਸੇਵਾ ਤੁਹਾਡੀ ਝੋਲੀ ਵਿੱਚ ਪੈ ਸਕਦੀ ਆ। ਜੇ ਭਾਈ ਉਦੈ ਸਿੰਘ, ਬਾਬਾ ਗੁਰਦਿੱਤਾ ਤੇ ਭਾਈ ਜੈਤਾ ਜੀ ਹੁਣਾਂ ਨੇ ਤੁਸੀਂ ਇੱਕ ਵਾਰੀ ਦਿੱਲੀ ਤੋਂ ਅਨੰਦਪੁਰ ਸਾਹਿਬ ਜਾਣ ਦਾ ਮੌਕਾ ਦੇ ਸਕੋ ਤਾਂ। ਸੰਗਤ ਜੀ ਉਸ ਸਮੇਂ ਜੌਬ ਨਿਸ਼ਾ ਨੇ ਆਖਿਆ ਕਿ ਮੈਂ ਬਾਬਾ ਜੈਤਾ, ਭਾਈ ਉਦੈ ਸਿੰਘ ਤੇ ਬਾਬਾ ਗੁਰਦਿੱਤਾ ਜੀ ਹੁਣਾਂ ਨੂੰ ਦਿੱਲੀ ਤੋਂ ਅਨੰਦਪੁਰ ਸਾਹਿਬ ਜ਼ਰੂਰ ਪਹੁੰਚਾਵਾਂਗੀ, ਇਹ ਤੁਹਾਡੀ ਸੇਵਾ ਮੈਂ ਜ਼ਰੂਰ ਪ੍ਰਵਾਨ ਕਰਾਂਗੀ। ਸੰਗਤ ਜੀ ਰਾਤ ਪੈਂਦੀ ਆ, ਰਾਤ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਾਬਾ ਜੈਤਾ ਜੀ ਹੁਣਾਂ ਨੂੰ ਆਪਣੇ ਕੋਲ ਸੱਦਦੇ ਆ, ਕੋਲ ਬੁਲਾ ਕਰਕੇ ਜਿਹੜੇ 57 ਸਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੀ ਪਾਵਨ ਬਾਣੀ ਰਚਿਤ ਕੀਤੀ ਹੋਈ ਸੀ ਉਹ ਸੰਪੂਰਨ ਪੋਥੀ ਬਾਬਾ ਜੈਤਾ ਜੀ ਹੁਣਾਂ ਨੂੰ ਦਿੰਦੇ ਆ। ਆਖਿਆ ਕਿ ਤੂੰ ਮਜ਼ਬੀ ਹੈ, ਆਪਣੇ ਮਜ਼ਬ ਦੇ ਵਿੱਚ ਪੱਕਾ ਹੈ, ਤੇਰਾ ਪਿਓ, ਤੇਰਾ ਦਾਦਾ, ਤੇਰਾ ਪੜਦਾਦਾ ਉਹ ਗੁਰੂ ਨਾਨਕ ਦੇ ਦਰ ਤੇ ਰਹਿ ਕੇ ਸੇਵਾ ਕੀਤੀ ਆ, ਉਹਨਾਂ ਦਾ ਕੋਈ ਉਲਾਮਾ ਨਹੀਂ ਆਇਆ, ਕੋਈ ਉਹਨਾਂ ਨੇ ਗੁਰੂ ਘਰ ਦੇ ਨਾਲ, ਗੁਰੂ ਦੇ ਨਾਲ ਕਿਤੇ ਬੇਈਮਾਨੀ, ਠੱਗੀ, ਚੋਰੀ ਚਕਾਰੀ ਨਹੀਂ ਕੀਤੀ, ਨਾਲੇ ਤੇਰਾ ਨਾਮ ਮਜ਼ਬੀ ਹੈ, ਤੂੰ ਆਪਣੇ ਮਜ਼ਬ ਦੇ ਵਿੱਚ ਪੱਕਾ ਹੈ, ਤੇ ਇੱਕ ਡਿਊਟੀ ਅਸੀਂ ਤੈਨੂੰ ਲਾਉਣਾ ਚਾਹੁੰਦੇ ਹਾਂ ਕਿ ਜੇ ਤੂੰ ਆ ਸਾਡੇ ਦਿੱਤੇ ਹੋਏ 57 ਸਲੋਕ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਾ ਦੇਵੇ, ਦੂਜੀ ਡਿਊਟੀ ਜਿਹੜੀ ਗੁਰੂ
ਗੁਰਤਾ ਗੱਦੀ ਗੁਰਿਆਈ ਦਾ ਤਿਲਕ ਹੈ, ਉਹ ਜਾ ਕਰਕੇ ਗੋਬਿੰਦ ਰਾਏ ਜਿਹੜੇ ਹੁਣ 9 ਸਾਲ ਦੀ ਆਯੂ ਵਿੱਚ ਹਨ, ਜੇ ਕਿਤੇ ਜਾ ਕਰਕੇ ਉਹਨਾਂ ਨੂੰ ਤੁਸੀਂ ਮੇਰਾ ਦਿੱਤਾ ਹੋਇਆ ਇਹ ਸਮੱਗਰੀ ਦਾ ਸਮਾਨ ਅਰਪਣ ਕਰ ਦਵੋ ਤੇ ਇਹ ਤੁਹਾਡੀ ਡਿਊਟੀ ਪ੍ਰਵਾਨ ਹੋਵੇਗੀ। ਬਾਬਾ ਜੈਤਾ ਜੀ ਮਣੀ ਸੰਗਤ ਜੀ ਹੱਥ ਜੋੜਦੇ ਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕੋਲੋਂ ਇੱਕ ਪੋਥੀ ਤੇ ਸਮੱਗਰੀ ਦਾ ਸਮਾਨ ਫੜਦੇ ਆ। ਜੋਬ ਨਿਸ਼ਾ ਬਾਬਾ ਉਦੈ ਸਿੰਘ, ਭਾਈ ਜੈਤਾ, ਬਾਬਾ ਗੁਰਦਿੱਤਾ ਜੀ ਉਹਨਾਂ ਨੂੰ ਦਿੱਲੀ ਦੀ ਜੇਲ੍ਹ ਵਿੱਚੋਂ ਫਰਾਰ ਕਰਦੇ ਆ ਤੇ ਸੰਗਤ ਜੀ ਕੁਝ ਦਿਨ ਪਾ ਕਰਕੇ ਇਹ ਤਿੰਨੇ ਸਿੱਖ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਆ। ਜੇ ਸਮੇਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ, ਗੋਬਿੰਦ ਰਾਏ ਜੀ ਹੁਣੀ ਜਾਂਦਿਆਂ ਨੂੰ ਸੰਗਤ ਜੀ ਸੰਗਤ ਵਿੱਚ ਬੈਠੇ ਆ। ਗੋਬਿੰਦ ਰਾਏ ਜੀ ਹੁਣਾਂ ਨੇ ਸੰਗਤ ਜੀ ਸਤਿਕਾਰ ਦੇ ਨਾਲ ਭਾਈ ਜੈਤਾ ਜੀ ਹੁਣਾਂ ਨੂੰ ਬੜੇ ਪ੍ਰੇਮ ਦੇ ਨਾਲ ਹੱਥ ਜੋੜ ਕੇ ਭਾਈ ਸਾਹਿਬ ਕਹਿ ਕਰਕੇ ਉਹਨਾਂ ਨੂੰ ਫਤਿਹ ਅਦਾ ਕੀਤੀ, ਕਿਉਂਕਿ ਸੰਗਤ ਜੀ ਇਤਿਹਾਸ ਗਵਾਹ ਆ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਉਮਰ ਦੇ ਵਿੱਚ ਬਾਬਾ ਜੈਤਾ ਜੀ ਹੁਣਾਂ ਤੋਂ 5 ਸਾਲ ਛੋਟੇ ਹਨ, ਤੇ ਜੇ ਉਹਨਾਂ ਦੀ ਰੂਹਾਨੀਅਤ ਨੂੰ ਵੇਖਿਆ ਜਾਵੇ, ਉਹਨਾਂ ਦੇ ਜਪ ਨੂੰ ਵੇਖਿਆ ਜਾਵੇ, ਤਪ ਨੂੰ ਵੇਖਿਆ ਜਾਵੇ, ਫਿਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ ਵੱਡਾ ਹੀ ਕੋਈ ਨਹੀਂ। ਪਰ ਜੇ ਉਮਰ ਦੇ ਹਿਸਾਬ ਦੇ ਨਾਲ ਬਾਬਾ ਜੈਤਾ ਜੀ ਹੁਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੋਂ 5 ਸਾਲ ਵੱਡੇ ਹਨ, ਤੇ ਨਾਲ ਦੀ ਨਾਲ ਜਿਹੜੇ ਉਸਤਾਦ ਕੋਲ, ਜਿਹੜੇ ਗੁਰੂ ਦੇ ਕੋਲ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਭਾਈ ਜੈਤਾ ਨੂੰ ਪੜ੍ਹਨੇ ਪਾਇਆ ਸੀ, ਉਸੇ ਗੁਰੂ ਦੇ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਵਿਦਿਆ ਪ੍ਰਾਪਤ ਕੀਤੀ, ਘੋੜ ਸਵਾਰੀ ਸਿੱਖੀ, ਤੀਰ ਅੰਦਾਜ਼ੀ ਸਿੱਖੀ, ਗੋਲੀ ਚਲਾਉਣੀ ਸਿੱਖੀ, ਸਾਰੇ ਸੰਗਤ ਜੀ ਸ਼ਸਤਰ ਵਿਦਿਆ ਉਹੀ ਉਸਤਾਦ ਕੋਲੋਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਪਾਇਆ, ਜਿਹੜੇ ਉਸਤਾਦ ਕੋਲ ਭਾਈ ਜੈਤਾ ਜੀ ਹੁਣਾਂ ਨੇ ਕਦੀ ਸਿੱਖਿਆ ਸੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਭਾਈ ਜੈਤਾ ਜੀ ਹੁਣਾਂ ਨੂੰ ਬੜੇ ਸਤਿਕਾਰ ਦੇ ਨਾਲ ਭਾਈ ਸਾਹਿਬ ਸ਼ਬਦ ਦੇ ਨਾਲ ਸੰਬੋਧਿਤ ਕਰਦੇ ਸਨ। ਜੇ ਸਮੇਂ ਸੰਗਤ ਜੀ ਬਾਬਾ ਜੈਤਾ ਜੀ ਹੁਣੀ ਆਏ ਨਾ ਸਾਰੀ ਸਮੱਗਰੀ ਲੈ ਕੇ, ਤੇ ਗੋਬਿੰਦ ਰਾਏ ਜੀ ਹੁਣਾਂ ਨੇ ਆਖਿਆ, ਭਾਈ ਸਾਹਿਬ ਜੀ ਕੀ ਸੁਨੇਹਾ ਲੈ ਕੇ ਆਏ ਹੋ ਦਿੱਲੀ ਦੀ ਧਰਤੀ ਤੋਂ? ਤੇ ਬਾਬਾ ਜੈਤਾ ਜੀ ਹੁਣਾਂ ਨੇ ਸੰਗਤ ਜੀ ਝੋਲੀ ਅੱਡ ਕੇ ਆਪਣੇ ਨੇਤਰਾਂ ਦੇ ਵਿੱਚ ਹੰਝੂ ਲਿਆਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ, ਗੋਬਿੰਦ ਰਾਏ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸ਼ਹੀਦੀ ਅਟਲ ਹੈ, ਉੱਥੇ ਔਰੰਗਜ਼ੇਬ ਬਾਦਸ਼ਾਹ ਨੇ ਬੜੇ ਬੜੇ ਵੱਡੇ ਬੈਨਰ ਬੋਰਡ ਲਗਾ ਦਿੱਤੇ ਆ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸਿਰ ਧੜ ਦੇ ਨਾਲੋਂ ਕਲਮ ਕੀਤਾ ਜਾਵੇਗਾ। ਉੱਥੇ ਢੰਡੋਰੇ ਪਿੱਟੇ ਗਏ ਆ, ਢੋਲ ਵਜਾਏ ਗਏ ਆ, ਚੌਂਕਾਂ ਦੇ ਵਿੱਚ ਇਕੱਠ ਕਰਕੇ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਆ, ਤੇ ਮੇਰੀ ਇੱਕ ਛੋਟੀ ਜਿਹੀ ਡਿਊਟੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਲਾਈ ਸੀ, ਜਿਹੜੀ ਡਿਊਟੀ ਨੂੰ ਪੂਰੀ ਕਰਕੇ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਿਆ ਆ। ਤੁਸੀਂ ਹੁਣ ਤੋਂ ਗੁਰਤਾ ਗੱਦੀ ਉੱਤੇ ਵਿਰਾਜਮਾਨ ਹੋ ਕੇ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਹੋਵੋਗੇ। ਦੂਸਰੀ ਡਿਊਟੀ ਲਾਈ ਸੀ ਆ 57 ਸਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਬਾਣੀ ਆ, ਜਿਹੜੀ ਬਾਣੀ ਬਾਪੂ ਨੇ ਕਿਹਾ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬੀੜ ਸਾਹਿਬ ਦੇ ਵਿੱਚ ਦਰਜ ਕਰਵਾ ਦਵੋ। ਤੇ ਸੰਗਤ ਜੀ ਗੋਬਿੰਦ ਰਾਏ ਜੀ ਉਹਨਾਂ ਨੂੰ ਜਦੋਂ ਪਤਾ ਲੱਗਾ ਨਾ ਕਿ ਇੱਕ ਚੌਂਕ ਦੇ ਵਿੱਚ ਮੇਰੇ ਪਿਓ ਦਾ ਸਿਰ ਧੜ ਦੇ ਨਾਲੋਂ ਕਲਮ ਕਰਨਾ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਨੇ 9 ਸਾਲ ਦੀ ਉਮਰ ਵਿੱਚ ਖਲੋ ਕਰਕੇ ਨਾ ਸੰਗਤ ਵਿੱਚ, ਤੇ ਸੱਚੇ ਪਾਤਸ਼ਾਹ ਜੀ ਹੁਣਾਂ ਨੇ ਉਂਗਲ ਕਰਕੇ ਸਾਰਿਆਂ ਵੱਲ ਇਸ਼ਾਰਾ ਕੀਤਾ ਸੀ, ਕਿਸੇ ਇੱਕ ਦੀ ਡਿਊਟੀ ਨਹੀਂ, ਉੱਥੇ ਸਾਰਿਆਂ ਨੂੰ ਆਫਰ ਲੱਗੀ ਸੀ, ਸਾਰਿਆਂ ਨੂੰ ਕਿਹਾ ਸੀ ਕਿ ਉੱਠੇ ਕੋਈ ਜਿਹੜਾ ਸਾਡੇ ਪਿਤਾ ਜੀਆਂ ਦਾ ਸੀਸ ਅਨੰਦ
ਪਹਿਰੇਦਾਰੀ ਕਿਵੇਂ ਹੋ ਰਹੀ ਆ, ਬਾਪੂ ਨੂੰ ਰੱਖਿਆ ਕਿਵੇਂ ਜਾ ਰਿਹਾ ਆ, ਮਤੀ ਦਾਸ ਸਤੀ ਦਾਸ ਦਿਆਲਾ ਜੀ ਉਹਨਾਂ ਨੂੰ ਸ਼ਹੀਦ ਕਿਵੇਂ ਕੀਤਾ ਆ, ਮੁਆਫ ਕਰਨਾ ਸੰਗਤ ਜੀ, ਆਪਾਂ ਹੀ ਉਹਦੇ ਵਿੱਚ ਸਿੱਖ ਬੈਠੇ ਸੀ, ਕਿਸੇ ਨੇ ਸਿਰ ਨਹੀਂ ਸੀ ਚੁੱਕਿਆ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸੀਸ ਲਿਆਉਣ ਵਾਸਤੇ ਭਾਈ ਜੈਤਾ ਜੀਆਂ ਨੇ ਝੋਲੀ ਅੱਡ ਲਈ ਸੀ। ਗੋਬਿੰਦ ਰਾਏ ਜੀ ਕਿਰਪਾ ਕਰੋ, ਮੈਨੂੰ ਇਹ ਨਿੱਕੀ ਜੀ ਡਿਊਟੀ ਦੇ ਦਵੋ ਤਾਂ ਕਿ ਮੈਂ ਵੀ ਕਿਤੇ ਲੋਕ ਪਰਲੋਕ ਦੇ ਵਿੱਚ ਸੁੱਖ ਲੈ ਸਕਾਂ, ਮੈਂ ਵੀ ਕਿਤੇ ਗੁਰੂ ਨਾਨਕ ਦੇ ਦਰ ਦਾ ਅਸਲੀ ਕੂਕਰ ਅਸਲੀ ਕੁੱਤਾ ਜਾਣਿਆ ਜਾ ਸਕਾਂ, ਕਿਉਂਕਿ ਅਸਲੀ ਕੁੱਤਾ ਉਹ ਹੁੰਦਾ ਆ ਜਿਹੜਾ ਆਪਣੇ ਮਾਲਕ ਦੀ ਵਫਾਦਾਰੀ ਕਰਦਾ ਆ, ਆਪਣੇ ਮਾਲਕ ਦੀ ਗੱਲ ਮੰਨਦਾ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਸੇਵਾ ਪਾਓ। ਤੇ ਗੋਬਿੰਦ ਰਾਏ ਜੀ ਉਹਨਾਂ ਨੇ ਸੰਗਤ ਜੀ ਆਸ਼ੀਰਵਾਦ ਦੇ ਕੇ ਤੋਰਿਆ ਸੀ, ਕਿਉਂਕਿ ਉਦੋਂ ਉਹ ਗੋਬਿੰਦ ਰਾਏ ਨਹੀਂ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਸ ਬਣ ਗਏ ਸਨ। ਗੁਰੂ ਨਾਨਕ ਦੀ ਜੋਤ ਨੇ ਸੰਗਤ ਜੀ ਆਪ ਆਸ਼ੀਰਵਾਦ ਦੇ ਕੇ ਤੋਰਿਆ, ਭਾਈ ਜੈਤਾ ਜੀ ਸਾਡਾ ਹੱਥ ਤੁਹਾਡੇ ਸਿਰ ਉੱਤੇ ਹਮੇਸ਼ਾ ਸੀ, ਹਮੇਸ਼ਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਰਹੇਗਾ। ਅਸੀਂ ਤੁਹਾਨੂੰ ਇਹ ਵਰ ਦਿੰਦੇ ਹਾਂ ਕਿ ਤੁਸੀਂ ਆਪਣੀ ਡਿਊਟੀ ਬਖੂਬੀ ਦੇ ਨਾਲ ਨਿਭਾਓਗੇ। ਭਾਈ ਜੈਤਾ ਜੀ ਹੁਣੀ ਸੰਗਤ ਜੀ ਦੁਬਾਰਾ ਫੇਰ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤੁਰ ਕਰਕੇ 322 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਦਿੱਲੀ ਦੀ ਧਰਤੀ ਤੇ ਪਹੁੰਚਦੇ ਆ। ਜੇ ਸਮੇਂ ਦਿੱਲੀ ਦੀ ਧਰਤੀ ਤੇ ਪਹੁੰਚਦੇ ਆ ਨਾ, ਉਸ ਸਮੇਂ ਇਹਨਾਂ ਦੇ ਨਾਲ ਇਹਨਾਂ ਦੇ ਪਿਤਾ ਭਾਈ ਸਦਾਨੰਦ ਜੀ ਸੀ। ਭਾਈ ਸਦਾਨੰਦ ਤੇ ਭਾਈ ਜੈਤਾ ਜੀ ਹੁਣੀ ਜੇ ਸਮੇਂ ਗਏ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਸ਼ਹੀਦੀ ਵਾਲੀ ਤਾਰੀਖ ਆਈ। ਬਾਪੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਸੰਗਤ ਜੀ ਉਸ ਸਮੇਂ ਚਾਂਦਨੀ ਚੌਂਕ ਦੇ ਵਿੱਚ ਬਿਠਾਇਆ ਗਿਆ। ਆਖਰੀ ਇੱਛਾ ਪੁੱਛੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ ਕਰਨਾ ਚਾਹੁੰਦੇ ਆ, ਇੱਕ ਪਾਠ ਸ੍ਰੀ ਜਪਜੀ ਸਾਹਿਬ ਦਾ। ਆਗਿਆ ਮੇਰੀ ਬਾਪੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਸ੍ਰੀ ਜਪਜੀ ਸਾਹਿਬ ਜੀਆਂ ਦੀ ਪਾਵਨ ਬਾਣੀ ਪੜ੍ਹਨੀ ਚਾਲੂ ਕੀਤੀ। ਧਿਆਨ ਦੇ ਨਾਲ ਤੇ ਗੌਰ ਦੇ ਨਾਲ ਗੱਲ ਸੁਣਿਓ, ਜੇ ਸਮੇਂ ਸੰਗਤ ਜੀ ਪਾਤਸ਼ਾਹ ਜੀ ਬਾਣੀ ਪੜ੍ਹ ਰਹੇ ਨਾ, ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਲ ਜਲਾਦ ਆਇਆ। ਜਲਾਦ ਆ ਕੇ ਨਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਲਾਗੇ ਇੱਕ ਪੱਥਰ ਪਿਆ ਸੀ, ਉਹਦੇ ਤੇ ਆ ਕੇ ਆਪਣੀ ਕਿਰਪਾਨ ਨੂੰ ਰਗੜੀ ਜਾਂਦਾ ਸ੍ਰੀ ਸਾਹਿਬ ਤਿੱਖੀ ਕਰ ਰਿਹਾ ਤੇ ਕਹਿੰਦਾ, ਸਿੱਖਾਂ ਦੇ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ, ਅੱਜ ਤੁਹਾਡਾ ਸਿਰ ਧੜ ਦੇ ਨਾਲੋਂ ਮੈਂ ਕਲਮ ਕਰਾਂਗਾ, ਵੱਖ ਕਰਾਂਗਾ, ਕਿਉਂਕਿ ਅਸੀਂ ਖਾਨਦਾਨੀ ਡਿਊਟੀਆਂ ਵਾਲੇ ਹੁੰਦੇ ਆ, ਅਸੀਂ ਖਾਨਦਾਨੀ ਹੁੰਦੇ ਆ, ਸਾਡੇ ਦਾਦਾ ਜੀ ਵੀ ਇੱਥੇ ਇਹੀ ਡਿਊਟੀ ਕਰਦੇ ਸੀ, ਪਿਤਾ ਜੀ ਵੀ ਕਰਦੇ ਸੀ, ਅੱਜ ਮੈਂ ਵੀ ਇੱਥੇ ਕਸਾਈ ਦੀ ਡਿਊਟੀ ਕਰ ਰਿਹਾ ਆ, ਤੇ ਆਉਣ ਵਾਲੇ ਸਮੇਂ ਵਿੱਚ ਮੇਰੇ ਪੋਤੇ ਹੋਣਗੇ, ਮੇਰੇ ਪੁੱਤਰ ਹੋਣਗੇ, ਉਹ ਵੀ ਇਹੀ ਡਿਊਟੀ ਕਰਿਆ ਕਰਨਗੇ। ਉਸ ਤੋਂ ਬਾਅਦ ਵੇ ਸੰਗਤ ਜੀ ਦੂਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਬਾਣੀ ਪੜ੍ਹ ਰਹੇ ਸੀ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਬਾਣੀ ਪੜ੍ਹਦੇ ਪੜ੍ਹਦੇ ਕਦੇ ਵੀ ਕਿਸੇ ਨਾਲ ਗੱਲ ਨਾ ਕਰਿਆ ਕਰੋ। ਅੱਜ ਦੇ ਸਮੇਂ ਦੇ ਹਾਲਾਤ ਆ, ਮੈਂ ਅੱਖੀ ਵੇਖਿਆ ਆ, ਇੱਕ ਸੰਗਤ ਜੀ ਦੁਕਾਨਦਾਰ ਜੀ ਦੀ ਕਰਿਆਨੇ ਵਾਲੀ ਦੁਕਾਨ ਆ, ਉਹ ਅੰਮ੍ਰਿਤ ਵੇਲੇ ਆਪਣੀ ਦੁਕਾਨ ਖੋਲਦਾ ਆ, ਦੁਕਾਨ ਖੋਲ ਕੇ ਤੇ ਉਹ ਜਪਜੀ ਸਾਹਿਬ ਦੇ ਪਾਠ ਵਾਲਾ ਗੁੜਕਾ ਸਾਹਿਬ ਪੜ੍ਹਦਾ ਆ। ਗੁੜਕਾ ਸਾਹਿਬ ਤੇ ਉਹਨੇ ਪੜ੍ਹਿਆ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਇੰਨੇ ਵਿੱਚ ਗਾਹਕ ਆ ਜਾਂਦਾ ਆ, ਗਾਹਕ ਆ ਕੇ ਕਹਿੰਦਾ ਕਿ ਮੈਨੂੰ ਫਲਾਣਾ ਸੌਦਾ ਦੇ ਦੇ, ਤੇ ਦੁਕਾਨਦਾਰ ਗੁਰੂ ਕਾ ਇੱਕ ਸਿੱਖ ਆਪਣੇ ਗੁੜਕੇ ਸਾਹਿਬ ਨੂੰ ਸੰਤੋਖ ਕਰਕੇ ਤੇ ਉਸੇ ਗੱਲੇ ਵਿੱਚ ਰੱਖ ਦਿੰਦਾ ਆ। ਫਿਰ ਸੰਗਤ ਜੀ ਸੌਦਾ ਦੇ ਕੇ
ਕਰਕੇ ਉਸੇ ਗੁਟਕੇ ਸਾਹਿਬ ਨੂੰ ਪ੍ਰਕਾਸ਼ ਕਰ ਦਿੰਦਾ। ਕਾਹਦੀ ਸਾਡੀ ਮਰਿਆਦਾ? ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਬਚਨ ਕੀਤੇ, ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਅੰਦਰ ਚੋਟਾਂ ਖਾਵੈ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੀ। ਬਾਪੂ ਨੇ ਇਹ ਗੱਲ ਸਪਸ਼ਟ ਕੀਤੀ, ਸਿੱਖੋ ਆ ਤੁਹਾਡੇ ਸੋਹਣੇ ਸਰੂਪ ਮੈਨੂੰ ਪਿਆਰੇ ਨਹੀਂ, ਜਿੰਨਾ ਚਿਰ ਤੁਸੀਂ ਆਪਣੀ ਰਹਿਣੀ ਦੇ ਵਿੱਚ, ਆਪਣੀ ਸਹਿਣੀ ਵਿੱਚ, ਆਪਣੀ ਮਰਿਆਦਾ ਵਿੱਚ, ਆਪਣੇ ਨਿਤਨੇ ਵਿੱਚ ਪੱਕੇ ਨਹੀਂ ਨਾ ਹੁੰਦੇ, ਉਹਨਾਂ ਚਿਰ ਤੁਸੀਂ ਸਿੱਖ ਅਖਵਾਉਣ ਦੇ ਲਾਇਕ ਨਹੀਂ। ਕਿਉਂਕਿ ਬਾਪੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਸੀ, ਜਿਹੜਾ ਰੋਜ਼ ਕੋਈ ਨਾ ਕੋਈ ਗੱਲ ਸਿੱਖਦਾ ਆ ਉਹੀ ਅਸਲੀ ਸਿੱਖ ਹੈ। ਤੇ ਅੱਜ ਸੰਗਤ ਜੀ ਦਿਲਾਂ ਅੰਦਰ ਝਾਤੀ ਮਾਰੋ, ਗੁਰੂ ਘਰਾਂ ਚੋਂ ਕੀ ਸਿੱਖ ਰਹੇ ਹੋ? ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸੰਗਤ ਜੀ ਜਿਸ ਸਮੇਂ ਸੀਸ ਕਲਮ ਕਰਨ ਵਾਸਤੇ ਕਸਾਈ ਆਇਆ, ਉਹਨੇ ਇਹ ਗੱਲ ਆਖੀ, ਖਾਨਦਾਨੀ ਕਸਾਈ ਹੁੰਦੇ ਆ, ਤੇ ਬਾਪੂ ਨੇ ਬਾਣੀ ਪੜ੍ਹਦੇ ਪੜ੍ਹਦੇ ਨੇ ਇਸ਼ਾਰਾ ਕੀਤਾ ਕਿ ਬਹਿ ਜਾ, ਤੇਰੀ ਗੱਲ ਦਾ ਜਵਾਬ ਮੈਂ ਜ਼ਰੂਰ ਦੇਵਾਂਗਾ। ਬਹਿ ਗਿਆ। ਉਸ ਤੋਂ ਬਾਅਦ ਸੰਗਤ ਜੀ ਖਾਨਦਾਨੀ ਖਜ਼ਾਨਚੀ ਆਇਆ। ਖਾਨਦਾਨੀ ਖਜ਼ਾਨਚੀ ਨੇ ਵੀ ਇਹੀ ਗੱਲ ਕੀਤੀ, ਅਸੀਂ ਖਾਨਦਾਨੀ ਖਜ਼ਾਨਚੀ ਹੁੰਦੇ ਹਾਂ, ਆਉਣ ਵਾਲੇ ਸਮੇਂ ਵਿੱਚ ਸਾਡੇ ਪੁੱਤ ਸਾਡੇ ਪੋਤਰੇ ਵੀ ਆਉਣ ਵਾਲੇ ਸਮੇਂ ਵਿੱਚ ਇੱਥੇ ਖਾਨਦਾਨੀ ਖਜ਼ਾਨਚੀ ਡਿਊਟੀਆਂ ਕਰਨਗੇ। ਤੇ ਬਾਪੂ ਨੇ ਸੰਗਤ ਜੀ ਉਹਨੂੰ ਇਸ਼ਾਰਾ ਕਰਤਾ ਕਿ ਬਹਿ ਜਾ। ਤੀਜੇ ਨੰਬਰ ਉੱਤੇ ਸੰਗਤ ਜੀ ਇੱਕ ਵਕੀਲ ਆਇਆ, ਲਿਖਤ ਪੜਤ ਕਰਨ ਵਾਲਾ ਆਇਆ, ਜਿਹਨੇ ਫਾਈਲ ਦਰਜ ਕਰਨੀ ਸੀ ਕਿ ਕਿਸ ਤਰੀਕੇ ਨਾਲ ਕਿਹੜੀ ਸਜ਼ਾ ਇਹਨਾਂ ਨੂੰ ਦਿੱਤੀ ਗਈ ਹੈ, ਕਿਉਂ ਸੀਸ ਕਲਮ ਕੀਤਾ ਗਿਆ। ਉਹਨੇ ਵੀ ਆਖਿਆ ਖਾਨਦਾਨੀ ਡਿਊਟੀ ਨਿਭਾ ਰਹੇ ਆ। ਬਾਪੂ ਨੇ ਉਹਨੂੰ ਵੀ ਇਸ਼ਾਰਾ ਕੀਤਾ ਕਿ ਬੈਠ ਜਾ। ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਨ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਜੇ ਤੁਸੀਂ ਖਾਨਦਾਨੀ ਕਸਾਈ ਹੁੰਦੇ ਹੋ, ਖਾਨਦਾਨੀ ਵਕੀਲ ਹੁੰਦੇ ਹੋ, ਖਾਨਦਾਨੀ ਖਜ਼ਾਨਚੀ ਹੁੰਦੇ ਹੋ, ਤੇ ਯਾਦ ਰੱਖੇ ਆਉਣ ਵਾਲੇ ਸਮੇਂ ਵਿੱਚ ਮੈਂ ਵੀ ਖਾਨਦਾਨੀ ਸ਼ਹੀਦ ਹੋਵਾਂਗਾ। ਪਿਛਲੇ ਸਮੇਂ ਵਿੱਚ ਮੇਰਾ ਦਾਦਾ ਸ਼ਹੀਦ ਸੀ ਗੁਰੂ ਅਰਜਨ ਦੇਵ, ਅੱਜ ਮੈਂ ਸ਼ਹੀਦ ਹਾਂ, ਆਉਣ ਵਾਲੇ ਸਮੇਂ ਵਿੱਚ ਮੇਰਾ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦੀਆਂ ਪਾਵੇਗਾ, ਤੇ ਉਸ ਤੋਂ ਬਾਅਦ ਮੇਰੇ ਪੋਤਰੇ ਵੀ ਸ਼ਹੀਦੀਆਂ ਪਾਉਣਗੇ। ਇਹ ਵਾਰ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਸ਼ਹੀਦੀ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਦੇ ਕੇ ਗਏ ਆ। ਉਸ ਤੋਂ ਬਾਅਦ ਸੰਗਤ ਜੀ ਜਿਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਪਾਵਨ ਗਰਦਨ ਉੱਤੇ ਇੱਕੋ ਹੀ ਵਾਰ ਦੇ ਵਿੱਚ ਉਹਨਾਂ ਦੇ ਜਿਹੜਾ ਸੀਸ ਆ ਧੜ ਦੇ ਨਾਲ ਵੱਖਰਾ ਕੀਤਾ ਗਿਆ ਨਾ, ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਇਹਨਾਂ ਦਾ ਧੜ ਤੇ ਸੀਸ ਚਾਂਦਨੀ ਚੌਂਕ ਵਿੱਚ ਰਹਿਣਾ ਚਾਹੀਦਾ ਆ, ਇੱਥੇ ਜੇ ਕੋਈ ਕੁੱਤਾ ਆਉਂਦਾ ਆ, ਕੋਈ ਇੱਲ ਆਉਂਦੀ ਆ, ਕੋਈ ਕਾਂ ਆਉਂਦਾ ਆ, ਤੇ ਉਹਨੂੰ ਰੋਕਣਾ ਨਹੀਂ, ਇਹਨਾਂ ਦੇ ਸੀਸ ਨੂੰ ਇਹਨਾਂ ਦੇ ਸਰੀਰ ਨੂੰ ਨੋਚਣ ਦੇਣਾ ਆ, ਪਰ ਜੇ ਕੋਈ ਗੁਰੂ ਕਾ ਸਿੱਖ ਆਉਂਦਾ ਆ ਤੇ ਉਹਦਾ ਵੀ ਸਿਰ ਵੱਢ ਕੇ ਲਾਗੇ ਰੱਖ ਦਵੋ। ਸੰਗਤ ਜੀ ਜਦੋਂ ਐਸੇ ਕਠੋਰ ਪਹਿਰੇ ਲਾਏ ਗਏ ਨਾ, ਤੇ ਉਸ ਸਮੇਂ ਬਾਪੂ ਜੈਤਾ ਜੀ ਹੁਣਾਂ ਨੇ, ਬਾਬਾ ਜੀਵਨ ਸਿੰਘ ਸਾਹਿਬ ਜੀ ਹੁਣਾਂ ਨੇ ਸੀਸ ਚੁੱਕਿਆ ਆ, ਇੱਥੇ ਦੋ ਪੁਲਿਸ ਵਾਲੇ ਖਲੋਤੇ ਹੋਣ ਨਾ, ਤੇ ਸਾਡੀ ਕੋਈ ਮਜਾਲ ਨਹੀਂ ਆ ਕਿ ਅਸੀਂ ਕੋਈ ਵੀ ਕੰਮ ਉਹਨਾਂ ਦੀ ਆਗਿਆ ਤੋਂ ਬਗੈਰ ਕਰ ਦਈਏ, ਤੇ ਉੱਥੇ ਪਤਾ ਨਹੀਂ ਕਿੰਨੀ ਕੁ ਫੌਜ ਹੋਵੇਗੀ, ਕਿੰਨੇ ਕੁ ਸਖਤ ਪਹਿਰੇ ਹੋਣਗੇ, ਕਿੰਨੇ ਕੁ ਵੱਡੇ ਆਰਡਰ ਹੋਣਗੇ, ਜਿਨ੍ਹਾਂ ਦੇ ਆਰਡਰ ਤੇ ਫੌਜ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਰੀਰ ਅਤੇ ਸੀਸ ਦੀ ਹਿਫਾਜ਼ਤ ਲਈ ਖਲੋਤੀ ਆ। ਤੇ ਉੱਥੇ ਸੰਗਤ ਜੀ ਭਾਈ ਜੈਤਾ ਜੀ ਹੁਣਾਂ ਨੇ ਆਪਣੇ ਪਿਤਾ ਸਦਾਨੰਦ ਜੀ ਹੁਣਾਂ ਨੂੰ ਆਖਿਆ ਕਿ ਬਾਪੂ ਸਦਾਨੰਦ, ਸਾਡੇ ਪਰਿਵਾਰ ਨੂੰ ਇਹ ਡਿਊਟੀ ਮਿਲੀ ਆ ਤੇ ਆਪਾਂ ਇਹ ਡਿਊਟੀ ਤੋਂ ਭੱਜਣਾ ਨਹੀਂ ਆ, ਇੱਥੇ ਮਰਨੋ ਮਰ ਜਾਵਾਂਗੇ, ਪਰ ਬਾਪੂ ਦਾ ਜਿਹੜਾ ਸੀਸ ਆ ਨਾ ਵਾਪਸ ਦਿੱਲੀ ਜ਼ਰੂਰ ਖੜਨਾ ਆ, ਤੇ ਇਹਨਾਂ ਦੇ ਧੜ ਦੀ ਸੇਵਾ ਵੀ ਆਪਾਂ ਨਿਭਾਉਣੀ ਆ। ਜਦੋਂ ਸੰਗਤ ਜੀ ਇਹ ਵਚਨ ਕੀਤੇ ਨਾ,
ਤੇ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਦਾ ਸੀਸ ਤੇ ਧੜ ਚੁੱਕਣ ਵਾਸਤੇ ਭਾਈ ਜੈਤਾ ਜੀ ਹੁਣਾਂ ਨੇ ਆਪਣੇ ਪਿਤਾ ਸਦਾਨੰਦ ਨੂੰ ਆਖਿਆ, ਸਦਾਨੰਦ ਜੀ ਪਿਤਾ ਜੀ ਕਿਰਪਾ ਕਰਕੇ ਮੇਰਾ ਸਿਰ ਵੱਢ ਦਵੋ, ਜਦੋਂ ਕਿਤੇ ਕੋਈ ਵੀ ਕਾਰਨ ਕਰਕੇ, ਕਿਉਂਕਿ ਭਾਈ ਸਾਹਿਬ ਨੇ ਕਿਹਾ ਨਾ ਕਿ ਬਾਰਿਸ਼ ਨਹੀਂ ਸੀ ਹੋ ਰਹੀ, ਚਲੋ ਸੰਗਤ ਜੀ ਬਾਰਿਸ਼ ਨਹੀਂ ਹੋ ਰਹੀ ਸੀ, ਕੋਈ ਵੀ ਕਾਰਜ ਵਾਸਤੇ ਫੌਜ ਉੱਥੋਂ ਪਰੇ ਹੁੰਦੀ ਆ ਨਾ, ਤੇ ਉਹਨਾਂ ਨੇ ਕਿਹਾ ਕਿ ਮੇਰਾ ਧੜ ਤੇ ਸੀਸ ਉੱਤੇ ਰੱਖ ਦਿਓ, ਕਿਉਂਕਿ ਫੌਜ ਨੂੰ ਵੀ ਲੱਗਣਾ ਚਾਹੀਦਾ ਕਿ ਕੋਈ ਧੜ ਤੇ ਸਿਰ ਪਿਆ ਆ, ਕਿਉਂਕਿ ਕੋਈ ਚੀਜ਼ ਗਾਇਬ ਹੋ ਜਾਵੇਗੀ ਤਾਂ ਹਲਚਲ ਛੇਤੀ ਮਚੇਗੀ, ਸੀਸ ਤੇ ਧੜ ਕਦੇ ਵੀ ਟਿਕਾਣੇ ਨਹੀਂ ਲੱਗ ਸਕਦਾ। ਜੇ ਸਮੇਂ ਸੰਗਤ ਜੀ ਇਹ ਬਚਨ ਹੋਏ ਨਾ ਤੇ ਸਦਾਨੰਦ ਜੀ ਕਹਿਣ ਲੱਗੇ, ਭਾਈ ਜੈਤਿਆ ਪੁੱਤ ਨਹੀਂ, ਇਹ ਡਿਊਟੀ ਤੂੰ ਝੋਲੀ ਅੱਡ ਕੇ ਲਈ ਸੀ, ਇਹ ਡਿਊਟੀ ਤੂੰ ਹੀ ਸੰਪੂਰਨ ਕਰੇਗਾ। ਜਦੋਂ ਸੰਗਤ ਜੀ ਇਹ ਬਚਨ ਕੀਤੇ ਇਹਨਾਂ ਦੀ ਦੱਸਦੇ ਆ ਕਿ ਕੁੱਝ ਸਮਾਂ ਉੱਥੇ ਬਹਿਸ ਵੀ ਹੋਈ ਆ, ਕੁੱਝ ਸਮਾਂ ਇੱਕ ਦੂਜੇ ਦੇ ਨਾਲ ਵਿਚਾਰ ਵੀ ਹੋਈ ਆ ਕਿ ਪੁੱਤ ਕਹਿੰਦਾ ਪਿਤਾ ਨੂੰ ਕਿ ਤੁਸੀਂ ਮੇਰਾ ਸਿਰ ਵੱਢ ਦਿਓ, ਤੇ ਸੰਗਤ ਜੀ ਪਿਓ ਕਹਿੰਦਾ ਪਿਤਾ ਪਿਓ ਕਹਿੰਦਾ ਹੈ ਆਪਣੇ ਪੁੱਤ ਨੂੰ ਕਿ ਮੇਰਾ ਸਿਰ ਵੱਢ ਦੇ। ਇਹ ਸੰਗਤ ਜੀ ਉਸ ਸਮੇਂ ਦੇ ਸਿੱਖਾਂ ਦਾ ਪ੍ਰੇਮ ਸੀ, ਉਸ ਸਮੇਂ ਦੇ ਲਾਡਲਿਆਂ ਦਾ ਆਪਣੇ ਗੁਰੂ ਦੇ ਨਾਲ ਪ੍ਰੇਮ ਸੀ, ਪਰ ਅੱਜ ਦੇ ਸਮੇਂ ਵਿੱਚ ਇਹ ਪ੍ਰੇਮ ਨਹੀਂ ਆ, ਕਿਉਂਕਿ ਇਹ ਜਿਹੜਾ ਪਿਛਲਾ ਇਤਿਹਾਸ ਹੈ ਨਾ ਉਹਦੇ ਨਾਲ ਨਾਲ ਸਾਨੂੰ ਅੱਜ ਦਾ ਵੀ ਦੱਸਣਾ ਚਾਹੀਦਾ ਕਿ ਅੱਜ ਚੇਂਜ ਕੀ ਆ, ਅੱਜ ਦੇ ਸਮੇਂ ਵਿੱਚ ਆਪਾਂ ਕਿਹੋ ਜਿਹੇ ਬਣ ਗਏ। ਸੰਗਤ ਜੀ ਕੁੱਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਇਹ ਫੈਸਲਾ ਤੈਅ ਹੋਇਆ ਕਿ ਭਾਈ ਜੈਤਾ ਜੀ ਆਪਣੇ ਪਿਤਾ ਸਦਾਨੰਦ ਜੀਆਂ ਦਾ ਸੀਸ ਧੜ ਦੇ ਨਾਲ ਵੱਖਰਾ ਕਰਨਗੇ। ਸੰਗਤ ਜੀ ਆਪ ਜੀ ਸਾਰੇ ਬੈਠੇ ਹੋ, ਮਾਂ ਪਿਓ ਵਾਲੇ ਬੈਠੇ ਹੋ, ਤੁਹਾਨੂੰ ਜੇ ਕਿਤੇ ਗੱਲ ਕਹੀ ਜਾਵੇ ਕਿ ਆਪਣੇ ਪਿਓ ਦਾ ਸਿਰ ਵੱਢਦੇ, ਕਦੇ ਮੰਨੋਗੇ? ਕਦੇ ਵੀ ਨਹੀਂ ਮੰਨੋਗੇ। ਚਾਹੇ ਆਪ ਜੀ ਆਪਣੇ ਪਿਤਾ ਦੇ ਨਾਲ ਪ੍ਰੇਮ ਕਰਦੇ ਹੋ ਚਾਹੇ ਨਹੀਂ ਕਰਦੇ, ਪਰ ਜਿੱਥੇ ਸਿਰ ਵੱਢਣ ਵਢਾਉਣ ਵਾਲੀ ਗੱਲ ਆਵੇਗੀ ਤੁਸੀਂ ਆਪਣਾ ਪੈਰ ਜ਼ਰੂਰ ਪਿੱਛੇ ਪੁੱਟੋਗੇ। ਤੇ ਭਾਈ ਜੈਤਾ ਜੀ ਹੁਣੀ ਸੰਗਤ ਜੀ ਕਿੰਨਾ ਕੁ ਵੱਡਾ ਦਿਲ ਹੋਵੇਗਾ, ਕਿੰਨਾ ਕੁ ਵੱਡਾ ਜਿਗਰਾ ਹੋਵੇਗਾ, ਜਿਹੜੇ ਬਾਪੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਕਦੇ ਗੋਦੀ ਵਿੱਚ ਚੁੱਕ ਕੇ ਨਾਂ ਰੱਖਿਆ ਸੀ ਭਾਈ ਜੈਤਾ। ਜੈਤਿਆ ਜਿੱਥੇ ਵੀ ਜਾਇਆ ਕਰੇਗਾ ਜਿੱਤ ਪ੍ਰਾਪਤ ਕਰਿਆ ਕਰੇਗਾ, ਜਿਹੜੇ ਪਿਓ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਪੜ੍ਹਨੇ ਪਾਇਆ, ਜਿਹੜੇ ਪਿਓ ਨੇ ਕਦੇ ਆਪਣੇ ਹੱਥੀਂ ਰੋਟੀਆਂ ਖਵਾਈਆਂ, ਉਹ ਪਿਓ ਦਾ ਸੀਸ ਧੜ ਦੇ ਨਾਲ ਵੱਖਰਾ ਹੁੰਦਾ ਪਹਿਲਾਂ ਵੇਖਿਆ, ਤੇ ਦੂਜਾ ਸਿਰ ਆਪਣੇ ਪਿਓ ਸਦਾਨੰਦ ਦਾ ਆਪਣੇ ਹੱਥੀਂ ਵੱਖ ਕੀਤਾ, ਕਿੱਡਾ ਵੱਡਾ ਦਿਲ ਹੋਵੇਗਾ, ਕਿੱਡਾ ਵੱਡਾ ਜਿਗਰਾ ਹੋਵੇਗਾ ਉਹ ਮਹਾਨ ਜਰਨੈਲ ਦਾ, ਜਿਹੜੇ ਜਰਨੈਲ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅੱਜ ਆਪਾਂ ਬੈਠੇ ਆ। ਮੁਆਫ ਕਰਨਾ ਹੁਣ 20-30 ਮਿੰਟ ਹੀ ਅਜੇ ਲੰਘਣੇ ਆ ਤੇ ਆਪਾਂ ਕਹਿਣਾ ਵੀ ਚਲੋ ਚੱਲੀਏ ਟਾਈਮ ਬੜਾ ਹੋ ਗਿਆ, ਪਰ ਕਦੇ ਸੋਚੋ ਕਿ ਜਿਨ੍ਹਾਂ ਦੀ ਕੌਮ ਦੇ ਆਪਾਂ ਵਾਰਸ ਆ ਉਹਨਾਂ ਨੇ ਤਾਂ ਕਦੇ ਦਿਨ ਰਾਤ ਨਹੀਂ ਵੇਖੇ, ਝੱਖੜ ਹਨੇਰ ਨਹੀਂ ਵੇਖੇ, ਜੰਗਲੀ ਜਾਨਵਰ ਨਹੀਂ ਵੇਖੇ, ਆਪਣੇ ਗੁਰੂ ਨੂੰ ਹਮੇਸ਼ਾ ਹੀ ਸਮਰਪਣ ਰਹੇ। ਤੇ ਆਪਾਂ 20-30 ਮਿੰਟ ਘੰਟਾ ਲੇਟ ਜੇ ਕਿਤੇ ਸੌਂਦੇ ਆ ਤੇ ਸਾਨੂੰ ਹੁੰਦਾ ਆ ਕਿ ਚੱਲੀਏ ਹੁਣ ਟਾਈਮ ਬੜਾ ਹੋ ਗਿਆ। ਮੁਆਫ ਕਰਨਾ, ਸਾਲ ਬਾਅਦ ਜਨਮ ਦਿਵਸ ਆਉਂਦਾ ਤੇ ਸਾਲ ਬਾਅਦ ਹੀ ਸ਼ਹੀਦੀ ਆਉਂਦੀ ਆ, ਤੇ ਜੇ ਤੁਸੀਂ ਗੁਰੂ ਘਰ ਸਵੇਰੇ ਵੀ ਨਹੀਂ ਆਉਂਦੇ ਸ਼ਾਮਾਂ ਨੂੰ ਵੀ ਨਹੀਂ ਆਉਂਦੇ, ਪਰ ਜੇ ਸਾਲ ਵਿੱਚ ਤੁਸੀਂ 2 ਘੰਟੇ ਵੀ ਗੁਰੂ ਘਰ ਨਹੀਂ ਨਾ ਬਹਿ ਸਕਦੇ ਫਿਰ ਮੁਆਫ ਕਰਨਾ ਸੰਗਤ ਜੀ, ਗੁਰੂ ਨਾਨਕ ਦੇ ਦਰ ਤੇ ਸਾਡੀ ਕੋਈ ਜਗ੍ਹਾ ਨਹੀਂ। ਜਿੰਨਾ ਚਿਰ ਇਤਿਹਾਸ ਚੱਲੇਗਾ ਉਨਾ ਚਿਰ ਮੈਂ ਬੇਨਤੀ ਕਰਦਾ ਤੁਹਾਡੇ ਚਰਨਾਂ ਵਿੱਚ ਕਿ ਅੱਜ ਆਪਾਂ ਸੁਣ ਕੇ ਜਾਣਾ ਕਿ ਬਾਬਾ ਜੈਤਾ ਜੀ ਕੀ ਸਨ। ਬਾਬਾ ਜੈਤਾ ਜੀ ਨਹੀਂ, ਉਹਨਾਂ ਦੇ ਸੰਗਤ ਜੀ ਕੌਮ ਦੇ ਹੋਰ ਵੀ ਕਈ ਹੀਰੇ ਹੋਏ ਆ ਜਿਨ੍ਹਾਂ ਨੇ ਪਤਾ ਨੀ ਕਿੰਨੇ ਕਿੰਨੇ ਵੱਡੇ ਕੰਮ ਕਰ ਦਿੱਤੇ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਰਹੇਗਾ।
ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਚੁੱਕਣ ਵਾਸਤੇ ਭਾਈ ਜੈਤਾ ਜੀ ਆਪਣੇ ਪਿਓ ਪਿਤਾ ਸਦਾਨੰਦ ਜੀ ਹੁਣਾਂ ਦਾ ਸੀਸ ਧੜਦੇ ਨਾਲ ਵੱਖਰਾ ਕਰਦੇ ਆ। ਮੌਕਾ ਵੇਖ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਤੇ ਧੜ ਉੱਥੋਂ ਸੰਗਤ ਜੀ ਚੁੱਕ ਕੇ ਖੜਦੇ ਆ। ਜੇ ਸਮੇਂ ਚੁੱਕ ਕੇ ਖੜਦੇ ਆ ਤੇ ਰਸਤੇ ਦੇ ਜਿਹੜੇ ਕੁੱਝ ਪੜਾਅ ਹਨ ਉਹਨਾਂ ਦਾ ਜ਼ਿਕਰ ਆਪਾਂ ਕਰਨਾ ਆ। ਸੰਗਤ ਜੀ 11 ਨਵੰਬਰ ਨੂੰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਧੜਦੇ ਨਾਲ ਚਾਂਦਨੀ ਚੌਂਕ ਵਿੱਚ ਵੱਖਰਾ ਕੀਤਾ ਜਾਂਦਾ 11 ਨਵੰਬਰ ਨੂੰ, ਯਾਦ ਰੱਖਿਓ। ਤੇ 11 ਨਵੰਬਰ ਨੂੰ ਸੰਗਤ ਜੀ ਰਾਤ ਨੂੰ ਪੂਰਾ ਦਿਨ ਸੀਸ ਤੇ ਧੜ ਉੱਥੇ ਪਿਆ ਰਿਹਾ। ਰਾਤ ਨੂੰ ਭਾਈ ਜੈਤਾ ਜੀ ਹੁਣੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਤੇ ਧੜ ਚੁੱਕਦੇ ਆ 11 ਨਵੰਬਰ ਦੀ ਰਾਤ ਨੂੰ। ਰਾਤ ਨੂੰ ਸੰਗਤ ਜੀ ਜੇ ਸਮੇਂ ਸੀਸ ਤੇ ਧੜ ਚੁੱਕਦੇ ਆ, ਉਸ ਤੋਂ ਬਾਅਦ ਵੇ ਸੰਗਤ ਜੀ 12 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਬਾਬਾ ਜੈਤਾ ਜੀ ਹੁਣੀ। ਮੈਂ ਜਿੰਨੇ ਵੀ ਤੁਹਾਨੂੰ ਦੱਸ ਰਿਹਾ ਨਾ, ਚਾਹੇ ਆਪਣੇ ਤੁਸੀਂ ਫੋਨ ਕੱਢ ਲਵੋ, ਉਹਦੇ ਵਿੱਚ ਕੈਲਕੂਲੇਟਰ ਕੱਢ ਲਵੋ, ਮੈਂ ਨਾਲ ਦੱਸਾਂਗਾ ਕਿ ਕਿੰਨੇ ਦਿਨ ਦੇ ਵਿੱਚ ਉਹਨਾਂ ਨੇ ਕਿੰਨਾ ਕਿੰਨਾ ਸਫ਼ਰ ਤੈਅ ਕਰਕੇ ਤੇ ਫਿਰ ਉਹਨਾਂ ਨੇ ਵਿਸ਼ਰਾਮ ਕੀਤਾ ਨੂੰ ਤੁਸੀਂ ਕੈਲਕੂਲੇਟ ਕਰ ਲਿਓ। ਜੇ ਤਾਂ 322 ਕਿਲੋਮੀਟਰ ਪੂਰਾ ਬਣ ਜਾਵੇਗਾ ਤੇ ਫਿਰ ਸੰਗਤ ਜੀ ਇਹ ਸਭ ਤੋਂ ਵੱਡਾ ਇਤਿਹਾਸ ਦਾ ਪ੍ਰਮਾਣ ਆ ਕਿ ਜਿਹੜੀ ਵੀ ਵਿਚਾਰ ਚੱਲ ਰਹੀ ਉਹ ਸੱਚੀ ਆ। ਸੰਗਤ ਜੀ ਦਿੱਲੀ ਤੋਂ ਰਕਾਬਗੰਜ ਜਾਓ ਤੇ ਉਹ 12 ਕਿਲੋਮੀਟਰ ਆ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਧੜ ਦਾ ਸੰਸਕਾਰ ਕੀਤਾ ਜਾਂਦਾ ਆ। 12 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਨਾ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਾਂਦਨੀ ਚੌਂਕ ਤੋਂ ਪਹਿਲਾਂ ਰਕਾਬਗੰਜ ਜਾਂਦੇ ਆ। ਰਕਾਬਗੰਜ ਜਾ ਕਰਕੇ ਸੰਗਤ ਜੀ ਅੰਮ੍ਰਿਤ ਵੇਲੇ, ਜਾਣੀ ਕਿ 12 ਤੋਂ 13 ਦੇ ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਜੀਆਂ ਦਾ ਧੜ ਦਾ ਸੰਸਕਾਰ ਕੀਤਾ ਜਾਂਦਾ ਆ, ਕਿਉਂਕਿ ਭਾਈ ਜੈਤਾ ਜੀ ਹੁਣੀ ਇੰਨੇ ਸੰਗਤ ਜੀ ਕੱਚੇ ਸਿੱਖ ਨਹੀਂ ਸੀ ਕਿ ਇੱਕ ਪਾਸੇ ਪਿਓ ਦੀ ਜਗ੍ਹਾ ਜਲ ਰਹੀ ਹੋਵੇ ਤੇ ਦੂਜੇ ਪਾਸੇ ਸੀਸ ਲੈ ਕੇ ਤੁਰ ਪਏ ਹੋ। ਨਹੀਂ, ਉਹਨਾਂ ਨੇ ਸੰਗਤ ਜੀ ਉੱਥੇ ਉਹਨਾਂ ਦੇ ਸਰੀਰ ਦਾ ਪੂਰਾ ਸਮੇਟ ਕੀਤਾ ਹੈ, ਉਹਨਾਂ ਦੇ ਸਰੀਰ ਦਾ ਪੂਰਾ ਸੰਸਕਾਰ ਆਪਣੇ ਹੱਥੀ ਕੀਤਾ ਤੇ ਅੱਖੀ ਦੇਖਿਆ ਹੈ। ਜੇ ਸਮੇਂ ਸੰਗਤ ਜੀ ਰਕਾਬਗੰਜ ਦੀ ਪਾਵਨ ਧਰਤੀ ਉੱਤੇ ਪਾਤਸ਼ਾਹ ਜੀਆਂ ਦਾ ਪਾਵਨ ਸੀਸ ਲੈ ਕੇ ਭਾਈ ਜੈਤਾ ਜੀ 12 ਨਵੰਬਰ ਨੂੰ ਦਿਨੇ 12 ਵਜੇ, ਜਾਣੀ ਕਿ ਅੰਮ੍ਰਿਤ ਵੇਲੇ 12 ਤਰੀਕ ਨੂੰ ਸੰਸਕਾਰ ਹੋਇਆ ਧੜ ਦਾ ਤੇ 12 ਤਰੀਕ ਨੂੰ ਅੰਮ੍ਰਿਤ ਵੇਲੇ ਭਾਈ ਜੈਤਾ ਜੀ ਹੁਣੀ ਇਕੱਲੇ ਸੀਸ ਨੂੰ ਲੈ ਕੇ ਹੁਣ ਜਾ ਰਹੇ ਆ। ਜਦੋਂ ਤੁਰਦੇ ਆ ਤੇ ਸੰਗਤ ਜੀ 40 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਤੇ 12 ਤਰੀਕ ਨੂੰ ਦੁਪਹਿਰ ਦੇ 12 ਵਜੇ ਭਾਈ ਜੈਤਾ ਜੀ ਹੁਣੀ ਪਹੁੰਚਦੇ ਆ ਕ੍ਰਿਸ਼ਨ ਪਾਲ ਦੇ ਘਰ, ਜਿਹੜਾ ਘਰ ਸੰਗਤ ਜੀ ਦੱਸਦੇ ਆ ਕਿ ਉੱਥੋਂ 40 ਕਿਲੋਮੀਟਰ ਦੀ ਦੂਰੀ ਤੇ ਸੀ। ਉੱਥੇ ਪਾਤਸ਼ਾਹ ਜੀ ਹੁਣਾਂ ਨੇ ਵਿਸ਼ਰਾਮ ਨਹੀਂ ਕੀਤਾ, ਉੱਥੇ ਰਹਿ ਕੇ ਕ੍ਰਿਸ਼ਨ ਪਾਲ ਦੇ ਘਰ ਪ੍ਰਸ਼ਾਦਾ ਛਕਿਆ ਆ ਭਾਈ ਜੈਤਾ ਜੀ ਹੁਣਾਂ ਨੇ। ਸੰਗਤ ਜੀ 40 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਾਤਸ਼ਾਹ ਜੀ ਹੁਣੀ ਫਿਰ ਸੰਗਤ ਜੀ ਕੁਝ ਸਮਾਂ ਕ੍ਰਿਸ਼ਨ ਪਾਲ ਦੇ ਘਰ ਰੁਕ ਕੇ 12 ਨਵੰਬਰ ਸ਼ਾਮ ਨੂੰ ਤੁਰਦੇ ਆ ਤੇ ਫਿਰ ਸੰਗਤ ਜੀ ਸੱਚੇ ਪਾਤਸ਼ਾਹ ਜੀ ਹੁਣੀ ਪੂਰੇ 85 ਕਿਲੋਮੀਟਰ ਇੱਕੋ ਸਾਹ ਦੇ ਵਿੱਚ ਚੱਲਦੇ ਆ।
85 ਕਿਲੋਮੀਟਰ ਦੀ ਦੂਰੀ ਤੈਅ ਕਰਕੇ 12 ਨਵੰਬਰ ਦੀ ਸ਼ਾਮ ਨੂੰ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਹੁਣੀ ਤੜਾਵੜੀ ਪਹੁੰਚਦੇ ਆ। ਤੜਾਵੜੀ ਜਾ ਕਰਕੇ ਸੰਗਤ ਜੀ ਧੋਬੀ ਦੇਵਾ ਰਾਮ ਨੂੰ ਮਿਲਦੇ ਆ। ਉਹਨਾਂ ਦੀ ਬੜੀ ਸੋਹਣੀ ਸਾਗੀ ਪਿਛਲੀ ਵਾਰੀ ਵੀ ਸੁਣਾਈ ਸੀ, ਅੱਜ ਵੀ ਸੁਣਾਵਾਂਗਾ। ਜਦੋਂ ਸ਼ਾਮ ਪੈਂਦੀ ਆ ਨਾ 85 ਕਿਲੋਮੀਟਰ ਭਾਈ ਜੈਤਾ ਜੀ ਹੁਣੀ ਤੁਰ ਕੇ ਆਏ ਜੰਗਲੀ ਇਲਾਕੇ ਚ। ਤੁਸੀਂ ਕਿਤੇ 5 ਕਿਲੋਮੀਟਰ 8 ਕਿਲੋਮੀਟਰ ਤੁਰ ਕੇ ਵੇਖ ਲਓ, ਕੋਈ ਵਾਹ ਹੋਵੇਗੀ ਅੱਗੇ ਤੁਰਨ ਦੀ? ਨਹੀਂ ਹੋਵੇਗੀ। 85 ਕਿਲੋਮੀਟਰ ਇੱਕੇ ਸਾਹ ਚੱਲ ਕੇ ਆਏ ਆ, ਸ਼ਾਮ ਪਈ ਆ। ਤੇ ਸ਼ਾਮ ਦੇ ਵੇਲੇ ਧੋਬੀ ਦੇਵਾ ਰਾਮ ਦੀ ਹੁਣੀ ਨਾ ਛੱਪੜ ਦੇ ਕੰਡੇ ਤੇ ਕੱਪੜੇ ਧੋ ਰਿਹਾ, ਕਿਉਂਕਿ ਧੋਬੀ ਸੀ। ਲੋਕਾਂ ਦੇ ਘਰਾਂ ਚੋਂ ਕੱਪੜੇ ਇਕੱਠੇ ਕਰਕੇ ਲਿਆਉਂਦੇ ਸੀ ਛੱਪੜ ਦੇ ਕੰਡੇ ਤੇ, ਕੱਪੜੇ ਧੋ ਕੇ ਸੁਕਾ ਕੇ ਲੋਕਾਂ ਦੇ ਘਰਾਂ ਵਿੱਚ ਵਾਪਸ ਪਹੁੰਚਾਉਂਦੇ ਸੀ ਤੇ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸੀ। ਉਹ ਧੋਬੀ ਦੇਵਾ ਰਾਮ ਨੂੰ ਸੰਗਤ ਜੀ ਜਿਸ ਸਮੇਂ ਭਾਈ ਜੈਤਾ ਜੀ ਹੁਣਾਂ ਨੇ ਕੱਪੜੇ ਧੋਂਦੇ ਵੇਖਿਆ ਨਾ, ਤੇ ਭਾਈ ਜੈਤਾ ਜੀ ਹੁਣੀ ਉਸ ਸਮੇਂ ਦੱਸਦੇ ਆ ਕਿ ਝਾੜੀਆਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸੀਸ ਲਾ ਕੇ ਤੇ ਬੈਠ ਗਏ ਕਿ ਕਿਤੇ ਜਸੂਸ ਨਾ ਹੋਵੇ, ਕਿਤੇ ਕੋਈ ਔਰੰਗਜ਼ੇਬ ਬਾਦਸ਼ਾਹ ਦਾ ਬੰਦਾ ਨਾ ਹੋਵੇ, ਕਿਉਂਕਿ ਫੌਜ ਵੀ ਮਗਰ ਚੜ੍ਹ ਕੇ ਆ ਰਹੀ ਆ ਨਾ। ਤੇ ਧੋਬੀ ਦੇਵਾ ਰਾਮ ਨੂੰ ਸੰਗਤ ਜੀ ਝਾੜੀਆਂ ਵਿੱਚ ਕੋਈ ਆਵਾਜ਼ ਆਈ ਤੇ ਧੋਬੀ ਦੇਵਾ ਰਾਮ ਨੇ ਆਖਿਆ, ਭਾਈ ਕੌਣ ਆ ਜਿਹੜਾ ਝਾੜੀਆਂ ਵਿੱਚ ਬੈਠਾ ਆ? ਤੇ ਸੰਗਤ ਜੀ ਭਾਈ ਜੈਤਾ ਜੀਆਂ ਨੇ ਆਖਿਆ, ਜੀ ਮੈਂ ਗੁਰੂ ਨਾਨਕ ਦਾ ਸਿੱਖ ਆ। ਧੋਬੀ ਦੇਵਾ ਰਾਮ ਕਹਿਣ ਲੱਗਾ, ਨਹੀਂ, ਤੂੰ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ। ਜਿੱਥੋਂ ਤੱਕ ਮੈਨੂੰ ਪਤਾ ਆ, ਗੁਰੂ ਨਾਨਕ ਦਾ ਸਿੱਖ ਕਦੇ ਵੀ ਲੁਕਦਾ ਨਹੀਂ। ਜੇ ਤੂੰ ਗੁਰੂ ਨਾਨਕ ਦਾ ਸਿੱਖ ਆ ਤੇ ਮੇਰੇ ਸਾਹਮਣੇ ਆ। ਸੰਗਤ ਜੀ ਭਾਈ ਜੈਤਾ ਜੀ ਹੁਣਾਂ ਨੇ ਆਪਣੀ ਛਾਤੀ ਦੇ ਨਾਲ ਘੁੱਟ ਕੇ ਸੀਸ ਨੂੰ ਲਾਇਆ ਆ, ਆਪਣੇ ਹਜ਼ੂਰੀਏ ਵਿੱਚ ਵਲੇਟ ਕੇ ਸੀਸ ਨੂੰ ਲਾਇਆ ਆ। ਤੇ ਧੋਬੀ ਦੇਵਾ ਰਾਮ ਜੀ ਕਹਿਣ ਲੱਗੇ ਕਿ ਸਿੱਖਾ ਕਿੱਥੋਂ ਆ ਰਿਹਾ? ਆਂਦਾ, ਜੀ ਮੈਂ ਕੰਮ ਤੋਂ ਆ ਰਿਹਾ। ਭਾਈ ਜੈਤਾ ਜੀ ਕਹਿੰਦੇ, ਮੈਂ ਕੰਮ ਤੋਂ ਆ ਰਿਹਾ, ਮੈਨੂੰ ਰਾਤ ਹੋ ਗਈ ਆ ਤੇ ਮੈਂ ਇੱਥੇ ਝਾੜੀਆਂ ਵਿੱਚ ਬੈਠਾ ਸੀ, ਕਿਤੇ ਕੋਈ ਜੰਗਲੀ ਜਾਨਵਰ ਮੇਰੇ ਤੇ ਆ ਕਰਕੇ ਅਟੈਕ ਨਾ ਕਰ ਦੇਵੇ, ਕੋਈ ਜੰਗਲੀ ਜਾਨਵਰ ਨਾ ਪੈ ਜਾਵੇ। ਧੋਬੀ ਦੇਵਾ ਰਾਮ ਕਹਿਣ ਲੱਗਾ, ਤੂੰ ਵੀ ਨਾਨਕ ਦਾ ਸਿੱਖ ਆ ਤੇ ਮੈਂ ਵੀ ਨਾਨਕ ਦਾ ਸਿੱਖ ਆ। ਇੱਕ ਸਿੱਖ ਹੋਣ ਦੇ ਨਾਤੇ ਮੇਰਾ ਫਰਜ਼ ਆ ਕਿ ਮੈਂ ਅੱਜ ਦੀ ਰਾਤ ਤੈਨੂੰ ਆਪਣੇ ਘਰੇ ਰੱਖਾਂ, ਕਿਉਂਕਿ ਬਾਣੀ ਕਹਿੰਦੀ, ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ। ਕੋਈ ਗੁਰੂ ਕਾ ਸਿੱਖ ਦਿਖਦਾ ਨਾ ਤੇ ਇੰਨਾ ਪ੍ਰੇਮ ਇੱਕ ਸਿੱਖ ਦਾ ਦੂਜੇ ਸਿੱਖ ਨਾਲ ਹੋਣਾ ਚਾਹੀਦਾ ਕਿ ਕਹਿੰਦੇ ਉਹਦੇ ਪਾਵਨ ਚਰਨਾਂ ਉੱਤੇ ਦਾੜੇ ਵਾਲੇ ਵੇਖ ਨੂੰ ਵੇਖ ਕੇ ਖੁਸ਼ ਨਹੀਂ ਆ, ਗੋਲ ਦਸਤਾਰ ਵਾਲਾ ਨਿਹੰਗ ਸਿੰਘ ਨੂੰ ਵੇਖ ਕੇ ਖੁਸ਼ ਨਹੀਂ ਆ ਤੇ ਨਿਹੰਗ ਸਿੰਘ ਗੋਲ ਦਸਤਾਰ ਵਾਲੇ ਨੂੰ ਵੇਖ ਕੇ ਖੁਸ਼ ਨਹੀਂ ਆ, ਆਪਸ ਦੇ ਵਿੱਚ ਬਾਨੀ ਰਹੀ। ਇਹ ਸੰਗਤ ਜੀ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਨਹੀਂ। ਜਦੋਂ ਸੰਗਤ ਜੀ ਧੋਬੀ ਦੇਵਾ ਰਾਮ ਨੇ ਆਖਿਆ ਕਿ ਮੇਰੇ ਘਰ ਜਾਓ, ਘਰੇ ਗਏ, ਘਰੇ ਜਾ ਕੇ ਧੋਬੀ ਦੇਵਾ ਰਾਮ ਨੇ ਆਖਿਆ, ਭਾਈ ਸਾਹਿਬ ਜੀ ਆ ਛਾਤੀ ਨਾ ਕੀ ਲਾਈ ਫਿਰਦੇ ਹੋ? ਜੇ ਕੋਈ ਤੁਹਾਡਾ ਕੋਈ ਬੜਾ ਜ਼ਰੂਰੀ ਕੀਮਤੀ ਸਮਾਨ ਆ ਨਾ, ਤੁਸੀਂ ਮੈਨੂੰ ਦੇ ਦਿਓ, ਮੈਂ ਸਾਂਭ ਕੇ ਰੱਖ ਲੈਣਾ, ਸਵੇਰੇ ਜਦੋਂ ਤੁਸੀਂ ਜਾਓਗੇ ਦੇ ਦੇਵਾਂਗਾ। ਤੇ ਸੰਗਤ ਜੀ ਭਾਈ ਜੈਤਾ ਜੀਆਂ ਨੇ ਹੱਥ ਜੋੜ ਕੇ ਆਖਿਆ ਕਿ ਸਿੱਖਾ, ਇਹ ਚੀਜ਼ ਹੀ ਇੰਨੀ ਅਮੁੱਲਕ ਆ ਕਿ ਮੈਂ ਤੈਨੂੰ ਤੇਰੇ ਹੱਥਾਂ ਦੇ ਵਿੱਚ ਇਹ ਚੀਜ਼ ਨੂੰ ਦੇ ਹੀ ਨਹੀਂ ਸਕਦਾ। ਧੋਬੀ ਦੇਵਾ ਰਾਮ ਨੇ ਸੰਗਤ ਜੀ ਕੋਈ ਦੂਜਾ ਵਚਨ ਨਹੀਂ ਕੀਤਾ ਤੇ ਧੋਬੀ ਦੇਵਾ ਰਾਮ ਸੰਗਤ ਜੀ ਕਹਿੰਦੇ ਕਿ ਆਪਣੀ ਘਰਵਾਲੀ ਦੇ ਲਾਗੇ ਬੈਠਾ ਚੌਂਕੇ ਵਿੱਚ, ਤੇ ਲਾਗੇ ਹੀ ਭਾਈ ਜੈਤਾ ਜੀ ਬੈਠੇ, ਕਿਉਂਕਿ ਸਿਆਲੀ ਦਿਨ ਸੀ ਨਾ ਦਸੰਬਰ ਦੇ ਵਿੱਚ।
ਤੇ ਪਾਤਸ਼ਾਹ ਜੀ ਹੁਣੀ ਸੰਗਤ ਜੀ ਜੇ ਸਮੇਂ ਪ੍ਰਸ਼ਾਦੇ ਸਿੱਖ ਦੇ ਲਾ ਰਹੇ ਨਾ ਤੇ ਧੋਬੀ ਦੇਵਾ ਰਾਮ ਨੇ ਸਹਿ ਸੁਭਾਏ ਕਹਿ ਦਿੱਤਾ ਸਿੱਖਾਂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਕੀ ਹਾਲ ਆ। ਮੈਂ ਕਦੇ ਪਟਨਾ ਸਾਹਿਬ ਦੀ ਧਰਤੀ ਤੇ ਗਿਆ ਸੀ ਤੇ ਬਾਪੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਖਿਆ ਸੀ ਧੋਬੀ ਦੇਵਾ ਰਾਮ ਤੇਰੇ ਘਰ ਵਿੱਚ ਜ਼ਰੂਰ ਆਵਾਂਗੇ। ਧੋਬੀ ਦੇਵਾ ਰਾਮ ਨੇ ਆਖਿਆ ਮੈਂ ਇੱਕ ਚਿੱਟੇ ਰੰਗ ਦੀ ਚਾਦਰ ਰੱਖੀ ਆਪਣੀ ਪੇਟੀ 'ਚ ਸਾਂਭ ਕੇ, ਜਿੱਦਣ ਮੇਰਾ ਬਾਪੂ ਆਊਗਾ ਨਾ ਉਹ ਚਾਦਰ ਵਿਛਾਉਣੀ ਆ। ਤੇ ਸੰਗਤ ਜੀ ਜਦੋਂ ਆ ਗੱਲ ਕੀਤੀ ਨਾ ਤੇ ਭਾਈ ਜੈਤਾ ਜੀ ਹੁਣਾਂ ਦੀ ਭੁੱਬ ਨਿਕਲ ਗਈ, ਭਾਈ ਜੈਤਾ ਜੀ ਹੁਣਾਂ ਦੀ ਅੱਖਾਂ ਵਿੱਚ ਹੰਝੂ ਆ ਗਏ। ਭਾਈ ਜੈਤਾ ਜੀ ਹੁਣਾਂ ਨੇ ਆਖਿਆ ਕਿ ਸਿੱਖਾ ਜਾ ਫਿਰ ਅੱਜ ਉਹ ਚਾਦਰ ਕੱਢ ਕੇ ਲਿਆ, ਜੇ ਗੁਰੂ ਨੇ ਤੈਨੂੰ ਇਹ ਬਚਨ ਕੀਤਾ ਸੀ ਤੇਰੇ ਨਾਲ ਵਾਅਦਾ ਕੀਤਾ ਸੀ ਤੇ ਅੱਜ ਉਹਨੇ ਆਪਣਾ ਵਾਅਦਾ ਪੂਰਾ ਕਰ ਲਿਆ। ਜੇ ਇਹ ਸੰਗਤ ਜੀ ਸਭ ਤੋਂ ਵੱਡਾ ਪ੍ਰਮਾਣ ਆ ਕਿ ਇੱਕ ਗੁਰੂ ਆਪਣੇ ਸਿੱਖ ਨਾਲ ਕੀਤੇ ਹੋਏ ਵਾਅਦੇ ਤੋਂ ਕਦੇ ਨਹੀਂ ਮੁਨਕਰ ਹੁੰਦਾ। ਜਦੋਂ ਸੰਗਤ ਜੀ ਧੋਬੀ ਦੇਵਾ ਰਾਮ ਨੂੰ ਆਖਿਆ ਨਾ ਜਾ ਫਿਰ ਚਾਦਰ ਕੱਢ ਕੇ ਲਿਆ ਤੇ ਧੋਬੀ ਦੇਵਾ ਰਾਮ ਕਹਿਣ ਲੱਗਾ ਕਿ ਸਿੱਖਾ ਮੈਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੇ ਕਿਤੇ ਦਿਖਦੇ ਨੀ ਚਾਦਰ ਕਿੱਦਾਂ ਕੱਢ ਲਿਆਵਾ। ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਵੀ ਦਿਖਣਗੇ ਤੂੰ ਚਾਦਰ ਕੱਢ ਕੇ ਲਿਆ। ਜਦੋਂ ਚਾਦਰ ਕੱਢ ਕੇ ਲਿਆਂਦੀ ਨਾ ਤੇ ਧੋਬੀ ਦੇਵਾ ਰਾਮ ਨੇ ਆਪਣੇ ਹੱਥਾਂ ਤੇ ਇੱਦਾਂ ਸੰਗਤ ਜੀ ਚਾਦਰ ਵਿਛਾ ਲਈ ਤੇ ਧੋਬੀ ਦੇਵਾ ਰਾਮ ਦੀ ਘਰਵਾਲੀ ਨੂੰ ਭਾਈ ਜੈਤਾ ਨੇ ਆਖਿਆ ਸਿੱਖਣੀਏ ਤੂੰ ਇੱਕ ਕੰਮ ਕਰ, ਆਹ ਜਿਹੜੀ ਬਹੁਮੁੱਲਕ ਚੀਜ਼ ਮੇਰੇ ਹੱਥ ਵਿੱਚ ਹੈ ਇਹਦੇ ਉੱਤੋਂ ਇੱਕ ਇੱਕ ਪਲਕ ਚੁੱਕੀ ਜਾ, ਗੁਰੂ ਨਾਨਕ ਦਾ ਨਾਮ ਲੈ, ਤੈਨੂੰ ਇਸ ਦੇ ਵਿੱਚੋਂ ਗੁਰੂ ਨਾਨਕ ਦੇ ਘਰ ਦੀ ਜੋਤ ਨੌਵੇਂ ਪਾਤਸ਼ਾਹ ਦੇ ਦਰਸ਼ਨ ਹੋਣਗੇ। ਤੇ ਸੰਗਤ ਜੀ ਭਾਈ ਜੈਤਾ ਜੀ ਹੁਣਾਂ ਦੇ ਲਾਗੇ ਜਦੋਂ ਧੋਬੀ ਦੇਵਾ ਰਾਮ ਦਾ ਪਰਿਵਾਰ ਖਲੋਤਾ, ਉਹਦੀ ਘਰਵਾਲੀ ਨੇ ਸੰਗਤ ਜੀ ਇੱਕ ਇੱਕ ਪਲਕ ਚੁੱਕੀ ਤੇ ਸੰਗਤ ਜੀ ਥੱਲੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਦਾੜਾ, ਉਹਨਾਂ ਦਾ ਸੋਹਣਾ ਮਸ਼ਹਿਰਾ, ਉਹਨਾਂ ਦਾ ਪਾਵਨ ਪਵਿੱਤਰ ਜਿਹੜਾ ਮੁੱਖ ਸੀ ਨਾ ਉਹ ਸੰਗਤ ਜੀ ਸਾਰਾ ਖੂਨ ਦੇ ਨਾਲ ਲੱਥ ਪਾਤ। ਜਦੋਂ ਸੰਗਤ ਜੀ ਦਰਸ਼ਨ ਕੀਤੇ ਤੇ ਧੋਬੀ ਦੇਵਾ ਰਾਮ ਘੁੱਬਾ ਮਾਰ ਕੇ ਰੋਣ ਲੱਗ ਗਿਆ, ਗੁਰੂ ਤੇਗ ਬਹਾਦਰ ਮਹਾਰਾਜ ਜੀ ਜੇ ਤੁਸੀਂ ਮੇਰੇ ਘਰ ਵਿੱਚ ਇਸੇ ਹੀ ਹਾਲਤ ਵਿੱਚ ਆਉਣਾ ਸੀ ਤੇ ਮੇਰੇ ਨਾਲ ਵਾਅਦਾ ਕਿਉਂ ਕੀਤਾ? ਬਾਪੂ ਮੈਂ ਜਿਹੜੀਆਂ ਗੱਲਾਂ ਸੋਚੀਆਂ ਸੀ ਉਹ ਤਾਂ ਕੋਈ ਵੀ ਨਹੀਂ ਹੋਈ। ਤੇ ਭਾਈ ਜੈਤਾ ਜੀ ਹੁਣਾਂ ਨੇ ਆਖਿਆ ਵੇ ਧੋਬੀ ਦੇਵਾ ਰਾਮ ਸਿੱਖਾ ਇਹ ਕਹਿਰ ਨਾ ਗੁਜ਼ਾਰੀ ਕਿਉਂਕਿ ਮੇਰੇ ਪਿੱਛੇ ਬੜੀ ਵੱਡੀ ਫੌਜ ਚੜ ਕੇ ਆਈ ਆ ਤੇ ਮੈਨੂੰ ਇੱਕ ਡਿਊਟੀ ਗੁਰੂ ਘਰ ਵੱਲੋਂ ਲਾਈ ਗਈ ਆ ਕਿ ਮੈਂ ਸੀਸ ਦਿੱਲੀ ਖੜਨਾ ਆ, ਦਿੱਲੀਓਂ ਅਨੰਦਪੁਰ ਸਾਹਿਬ ਖੜਨਾ ਆ, ਤੇ ਜੇ ਤੂੰ ਇੱਥੇ ਰੋਣ ਲੱਗ ਗਿਆ ਆਂਢੀ ਗੁਆਂਢੀ ਇਕੱਠੇ ਹੋਣਗੇ, ਪਤਾ ਲੱਗੇਗਾ ਕੋਈ ਸਰਕਾਰੀ ਬੰਦਾ ਆ ਕਰਕੇ ਮੈਨੂੰ ਵੀ ਫੜ ਲਵੇਗਾ, ਤੇਰੇ ਪਰਿਵਾਰ ਨੂੰ ਵੀ ਫੜ ਲਵੇਗਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪਾਵਨ ਸੀਸ ਦੁਬਾਰਾ ਚਾਂਦਨੀ ਚੌਂਕ ਵਿੱਚ ਕੁੱਤਿਆਂ ਗਾੜੀ ਸੁੱਟਿਆ ਜਾਵੇਗਾ। ਇਹ ਕਹਿਰ ਨਾ ਗੁਜ਼ਾਰੀ ਸੰਗਤ ਜੀ ਉਸ ਦਿਨ ਤਰਾਵੜੀ ਦੇ ਉੱਤੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਰਾਤ ਰੁਕੇ ਆ। ਸਾਰੀ ਰਾਤ ਭਾਈ ਜੈਤਾ ਜੀ ਹੁਣੀ ਵੀ ਰੋਂਦੇ ਰਹੇ, ਅੱਖਾਂ ਦੇ ਵਿੱਚ ਮੈਂ ਰਾਗ ਰਿਹਾ ਤੇ ਧੋਬੀ ਦੇਵਾ ਰਾਮ ਦੇ ਪਰਿਵਾਰ ਵਿੱਚ ਵੀ। ਸੰਗਤ ਜੀ ਜਿਹੜੀ ਚਾਦਰ ਕਦੇ ਬਾਪੂ ਦੇ ਥੱਲੇ ਵਿਛਾਉਣ ਵਾਸਤੇ ਲਿਆਂਦੀ ਸੀ ਨਾ ਉਹੀ ਚਾਦਰ ਦਾ ਇੱਕ ਚੌਰ ਸਾਹਿਬ ਬਣਾ ਲਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਪਾਵਨ ਸੀਸ ਉੱਤੇ ਸਾਰੀ ਰਾਤ ਉਹ ਘਰ ਵਾਲਾ ਤੇ ਘਰ ਵਾਲੀ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ। ਸੰਗਤ ਜੀ ਉਸ ਤੋਂ ਬਾਅਦ ਵਿੱਚ 14 ਨਵੰਬਰ ਦਾ ਦਿਨ ਹੁੰਦਾ ਆ, 14 ਨਵੰਬਰ ਨਾਭਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ। ਨਾਭਾ ਸਾਹਿਬ
ਤਰਾਵੜੀ ਦੇ ਕੰਡੇ ਤੋਂ ਸੰਗਤ ਜੀ 31 ਕਿਲੋਮੀਟਰ ਦੀ ਦੂਰੀ ਤੇ ਆ। ਜਦੋਂ ਸੰਗਤ ਜੀ ਪਾਤਸ਼ਾਹ ਜੀ ਹੁਣਿਆਂ ਦਾ ਸੀਸ ਲੈ ਕੇ ਨਾਭਾ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ, ਉੱਥੇ ਪੀਰ ਦਰਗਾਹੀ ਸ਼ਾਹ ਦੇ ਕੋਲ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਪਹੁੰਚਦਾ ਆ। ਪੀਰ ਦਰਗਾਹੀ ਸ਼ਾਹ ਦੇ ਘਰ ਵਿੱਚ ਭਾਈ ਜੈਤਾ ਜੀ ਪ੍ਰਸ਼ਾਦਾ ਛਕਦੇ ਆ। ਪੀਰ ਦਰਗਾਹੀ ਸ਼ਾਹ ਨੇ ਬੜੀ ਸੇਵਾ ਕੀਤੀ। ਉਹ ਸਮੇਂ ਸੰਗਤ ਜੀ ਫਿਰ 15 ਨਵੰਬਰ ਨੂੰ ਪਾਤਸ਼ਾਹ ਜੀ ਹੁਣੀ 15 ਨਵੰਬਰ ਨੂੰ ਪਾਤਸ਼ਾਹ ਜੀ ਹੁਣਾਂ ਦਾ ਸੀਸ ਚੰਡੀਗੜ੍ਹ ਦੇ ਵਿੱਚ 53 ਸੈਕਟਰ ਦੇ ਵਿੱਚ ਪਹੁੰਚਦਾ ਆ, ਜਿੱਥੇ ਗੁਰਦੁਆਰਾ ਸਾਹਿਬ ਸੰਗਤ ਜੀ ਗੁਰਦੁਆਰਾ ਸੀਸ ਮਾਰਗ ਅੱਜ ਵੀ ਬਣਿਆ ਹੈ 53 ਸੈਕਟਰ ਦੇ ਵਿੱਚ। ਉੱਥੇ ਪਾਤਸ਼ਾਹ ਜੀ ਹੁਣਾਂ ਦਾ ਸੀਸ ਸੰਗਤ ਜੀ 15 ਨਵੰਬਰ ਨੂੰ ਚੰਡੀਗੜ੍ਹ ਪਹੁੰਚਦਾ ਆ ਤੇ 15 ਨਵੰਬਰ ਦੀ ਸ਼ਾਮ ਨੂੰ ਭਾਈ ਜੈਤਾ ਜੀ ਹੁਣੇ ਕੀਰਤਪੁਰ ਸਾਹਿਬ ਪਹੁੰਚਦੇ ਆ। ਕੀਰਤਪੁਰ ਸਾਹਿਬ ਸੰਗਤ ਜੀ ਸੈਕਟਰ 53 ਤੋਂ 82 ਕਿਲੋਮੀਟਰ ਦੀ ਦੂਰੀ ਤੇ ਆ ਤੇ ਉਸ ਤੋਂ ਅੱਗੇ ਸੰਗਤ ਜੀ 9 ਕਿਲੋਮੀਟਰ ਆਨੰਦਪੁਰ ਸਾਹਿਬ ਰਿਹਾ। ਤੇ ਸੰਗਤ ਜੀ ਜਿਹੜਾ ਵੀ ਮੈਂ ਤੁਹਾਨੂੰ ਵੇਰਵਾ ਦੱਸਿਆ ਨਾ, ਮੈਨੂੰ ਚਾਹੇ ਬਾਅਦ ਵਿੱਚ ਪੁੱਛ ਲਿਓ ਕਿ ਭਾਈ ਸਾਹਿਬ ਇਹ ਸਾਨੂੰ ਕੈਲਕੂਲੇਟ ਕਰਾਓ ਭਲਾ 322 ਬਣਦੇ ਵੀ ਹੈ ਕਿ ਨਹੀਂ ਬਣਦੇ। ਉਸ ਤੋਂ ਬਾਅਦ ਸੰਗਤ ਜੀ 9 ਕਿਲੋਮੀਟਰ ਕੀਰਤਪੁਰ ਸਾਹਿਬ ਦੀ ਧਰਤੀ ਆਨੰਦਪੁਰ ਸਾਹਿਬ ਜੀਆਂ ਦਾ ਪਾਵਨ ਸਥਾਨ ਆ। ਸੰਗਤ ਜੀ 15 ਨਵੰਬਰ ਨੂੰ ਸੰਗਤ ਜੀ ਸੁਨੇਹਾ ਪਹੁੰਚਾਇਆ ਜਾਂਦਾ ਆ। ਗੋਬਿੰਦ ਰਾਏ ਜੀ ਹੁਣੀ ਬੜੀ ਸੋਹਣੀ ਪਾਲਕੀ ਸਾਹਿਬ ਤਿਆਰ ਕਰਕੇ ਆਉਂਦੇ ਆ ਤੇ ਸੰਗਤ ਜੀ ਭਾਈ ਜੈਤਾ ਜੀ ਹੁਣਾਂ ਦੇ ਕੋਲੋਂ ਸੀਸ ਲੈਂਦੇ ਆ। ਸੀਸ ਲੈ ਕਰਕੇ ਸੰਗਤ ਜੀ ਪਾਲਕੀ ਸਾਹਿਬ ਵਿੱਚ ਸ਼ੋਭਿਤ ਕੀਤਾ ਜਾਂਦਾ ਤੇ ਭਾਈ ਜੈਤਾ ਜੀ ਨਾ ਇੱਕ ਕੰਧ ਦੇ ਨਾਲ ਢੋਲ ਆ ਕੇ ਪਿੱਛੇ ਬੈਠੇ, ਅੱਖਾਂ ਵਿੱਚ ਉਹਨਾਂ ਹੀ ਵੈਰਾਗ ਆ ਗਿਆ। ਜਦੋਂ ਸੰਗਤ ਜੀ ਪਾਵਨ ਸੀਸ ਚੁੱਕਣ ਲੱਗੇ ਨਾ, ਇਹ ਗੱਲ ਯਾਦ ਰੱਖਿਓ, ਤੁਹਾਨੂੰ ਕਿਤੇ ਸੁਣਨ ਵਿੱਚ ਨਹੀਂ ਮਿਲਣੀਆਂ, ਕਿਉਂਕਿ ਬਾਪੂ ਭਾਈ ਜੈਤਾ ਬਾਬਾ ਜੀਵਨ ਸਿੰਘ ਸਾਹਿਬ ਜੀ ਹੁਣਾਂ ਦਾ ਇਤਿਹਾਸ ਕੋਈ ਸੁਣਾ ਕੇ ਰਾਜੀ ਨਹੀਂ, ਕੋਈ ਲਿਖ ਕੇ ਰਾਜੀ ਨਹੀਂ, ਕੋਈ ਪੜ੍ਹ ਕੇ ਰਾਜੀ ਨਹੀਂ। ਜੇ ਸੰਗਤ ਜੀ ਅੱਜ ਸਾਡੇ ਵੱਡ ਵਡੇਰਿਆਂ ਦਾ ਇਤਿਹਾਸ ਖੁੱਲ੍ਹਾ ਨਾ ਤੇ ਸੁਣ ਕੇ ਜਾਇਓ। ਜਦੋਂ ਸੰਗਤ ਜੀ ਸੀਸ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪਾਲਕੀ ਸਾਹਿਬ ਚੁੱਕਣ ਲੱਗੇ ਨਾ, ਗੋਬਿੰਦ ਰਾਏ ਜੀ ਕਹਿਣ ਲੱਗੇ, ਭਾਈ ਸਾਹਿਬ ਭਾਈ ਜੈਤਾ ਜੀ ਕਿਰਪਾ ਕਰਕੇ ਤੁਸੀਂ ਇਹ ਵੀ ਸੇਵਾ ਨਿਭਾਓ, ਪਾਲਕੀ ਸਾਹਿਬ ਵੀ ਚੁੱਕ ਕੇ ਖੜੋ ਆਨੰਦਪੁਰ ਸਾਹਿਬ ਦੀ ਧਰਤੀ ਤੇ, ਕਿਉਂਕਿ ਅਸੀਂ ਡਿਊਟੀ ਲਾਈ ਸੀ ਕਿ ਸੀਸ ਆਨੰਦਪੁਰ ਸਾਹਿਬ ਤੁਸੀਂ ਲੈ ਕੇ ਆਓਗੇ, ਕੀਰਤਪੁਰ ਸਾਹਿਬ ਨਹੀਂ ਲੈ ਕੇ ਆਓਗੇ। ਫਿਰ ਸੰਗਤ ਜੀ ਪਾਲਕੀ ਸਾਹਿਬ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਵਾਲੀ ਭਾਈ ਜੈਤਾ ਜੀ ਖੜਦੇ ਆ। ਉੱਥੇ ਸਾਰਾ ਪ੍ਰਸੰਗ ਭਾਈ ਜੈਤਾ ਜੀ ਸੁਣਾਉਂਦੇ ਆ। ਪ੍ਰਸੰਗ ਸੁਣਾਉਣ ਤੋਂ ਬਾਅਦ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁੱਟ ਤੋਂ ਫੜ ਕੇ ਨਾ ਆਪਣੇ 5 ਸਾਲ ਵੱਡੇ ਭਾਈ ਸਾਹਿਬ ਨੂੰ ਗੁੱਟ ਤੋਂ ਫੜ ਕੇ ਛਾਤੀ ਨਾਲ ਲਾ ਲਿਆ, ਛਾਤੀ ਨਾਲ ਲਾ ਕੇ ਇਹ ਖਿਤਾਬ ਦਿੱਤਾ, ਰੰਗਰੇਟੇ ਗੁਰੂ ਕੇ ਬੇਟੇ ਸਦਾ ਪੰਥ ਕੇ ਸੰਗ ਸਮੇਟੇ। ਇਹ ਸੰਗਤ ਜੀ ਵਰ ਦਿੱਤਾ, ਗੁਰੂ ਨੇ ਸੰਗਤ ਗੁਰੂ ਨੂੰ ਕੋਈ ਵੀ ਛੋਟਾ ਵੱਡਾ ਨਹੀਂ, ਪਰ ਸੰਗਤ ਜੀ ਯਾਦ ਰੱਖਿਓ ਖਿਤਾਬ ਸਿਰਫ ਰੰਗਰੇਟਿਓ ਤੁਹਾਨੂੰ ਮਿਲਿਆ ਆ, ਗੁੱਟ ਤੋਂ ਫੜ ਕੇ ਛਾਤੀ ਨਾਲ ਲਾਇਆ ਬਾਪੂ ਨੇ, ਛਾਤੀ ਨਾਲ ਲਾ ਕੇ ਵਚਨ ਕੀਤਾ ਆ ਕਿ ਤੁਸੀਂ ਮੇਰੇ ਪੁੱਤਰ ਹੋ। ਵੈਸੇ ਤਾਂ ਜਿਹੜਾ ਖੰਡੇ ਬਾਟੇ ਦੀ ਪੌਲ ਛਕਦਾ ਆ ਉਹੀ ਗੁਰੂ ਸਾਹਿਬ ਦਾ ਪੁੱਤ ਤੇ ਪੁੱਤਰ ਆ, ਪਰ ਜਿਹੜਾ ਛਾਤੀ ਨਾਲ ਲਾਉਣ ਵਾਲੀ ਗੱਲ ਨਾ ਉਹ ਇਤਿਹਾਸ ਵਿੱਚ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦੀ। ਇਹ ਸੰਗਤ ਜੀ ਸਾਡੇ ਵੱਡ ਵਡੇਰਿਆਂ ਦਾ ਇਤਿਹਾਸ ਸੀ। ਇੱਕ ਸੰਗਤ ਜੀ
ਛੋਟੀ ਜੀ ਮੈਂ ਗੱਲ ਤੁਹਾਨੂੰ ਹੋਰ ਦੱਸਣੀ ਆ, ਜਿਹੜਾ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਸੀ ਕਿ ਹੋਰ ਵੀ ਸਾਡੇ ਕਈ ਜਰਨੈਲ ਹੋਏ ਆ ਜਿਨ੍ਹਾਂ ਨੇ ਜਾਣੀ ਕਿ ਸਾਡੀ ਕੌਮ ਦਾ ਰੁਤਬਾ ਬਹੁਤ ਉੱਚਾ ਕੀਤਾ। ਉਹ ਮੈਂ ਟੂਕ ਮਾਤਰ ਹੀ ਤੁਹਾਨੂੰ ਦੱਸ ਦੇਣੇ ਆ, ਕਿਉਂਕਿ ਕਹਿ ਰਹੇ ਕਿ ਸੰਗਤ ਕਾਹਲੀ ਪੈ ਗਈ ਆ, ਸੰਗਤ ਕਹਿੰਦੀ ਅਸੀਂ ਘਰਾਂ ਨੂੰ ਜਾ ਕੇ ਸੌਣਾ, ਅਸੀਂ ਬਾਪੂ ਦਾ ਇਤਿਹਾਸ ਨਹੀਂ ਸੁਣ ਸਕਦੇ। ਇਸ ਕਰਕੇ ਮੈਂ ਛੇਤੀ ਸਮਾਪਤੀ ਕਰ ਦੇਣੀ ਆ। ਪਹਿਲੇ ਸੰਗਤ ਜੀ ਹੋਏ ਆ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਵੇਲੇ, ਜਿਹੜੇ ਮਜ਼ਹਬੀ ਸਿੱਖ ਹਨ ਉਹਨਾਂ ਦਾ ਸੰਗਤ ਜੀ ਇਤਿਹਾਸ ਜਿਹੜਾ ਹੈ ਉਹ ਤੁਹਾਨੂੰ ਮਿਲੇਗਾ ਕਿ ਸਿੱਖ ਰਾਜ ਕਿਵੇਂ ਗਿਆ, ਉਹ ਸਿੱਖ ਰਾਜ ਕਿਵੇਂ ਗਿਆ। ਬੁੱਕ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਆ ਕਿ ਹਰੀ ਸਿੰਘ ਨਲੂਆ ਰੰਗਰੇਟਾ ਸਿੱਖ ਸੀ, ਮਜ਼ਹਬੀ ਸਿੱਖ ਸੀ, ਜਿਹਨੇ ਪਠਾਣਾਂ ਨੂੰ ਸੁਥਣਾ ਪਵਾ ਦਿੱਤੀਆਂ ਸੀ। ਸਲਵਾਰਾਂ ਪਾ ਕੇ ਪਠਾਣ ਆਪਣੇ ਘਰਾਂ ਚੋਂ ਬਾਹਰ ਆਏ ਸੀ ਕਿ ਕਿਤੇ ਹਰੀ ਸਿੰਘ ਨਲੂਆ ਸੌਂਜਾ ਨਹੀਂ ਤੇ ਨਲੂਆ ਆਜੂਗਾ। ਇਹ ਸੰਗਤ ਜੀ ਮਜ਼ਹਬੀਆਂ ਦਾ ਇਤਿਹਾਸ ਜੀ। ਦੂਜੇ ਨੰਬਰ ਉੱਤੇ ਸੰਗਤ ਜੀ ਹੋਏ ਆ ਬਾਬਾ ਦੀਪ ਸਿੰਘ ਸਾਹਿਬ ਜੀ। ਕਈ ਕਹਿੰਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਹੁਣੀ ਜੱਟ ਸਿੱਖ ਸਨ, ਪਰ ਸੰਗਤ ਜੀ ਸਭ ਤੋਂ ਵੱਡਾ ਪ੍ਰਮਾਣ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੇ ਜਨਮ ਅਸਥਾਨ ਉੱਤੇ ਜਾਓ। ਉਹਨਾਂ ਦੇ ਜਨਮ ਅਸਥਾਨ ਉੱਤੇ ਜਾ ਕਰਕੇ ਜਦੋਂ ਖੋਜ ਕੀਤੀ ਗਈ ਤੇ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੀ ਕੋਈ ਬੈਲੀ ਪੈਲੀ ਕੋਈ ਬੰਬੀ ਉੱਥੇ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੀ ਨਹੀਂ ਮਿਲੀ। ਤੇ ਮਜ਼ਹਬੀ ਸਿੱਖਾਂ ਦੇ ਵਿਹੜੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਇੱਕ ਬੋਰਡ ਅੱਜ ਵੀ ਬਣਿਆ ਹੈ। ਉਹ ਬੋਰਡ ਉੱਤੇ ਬਾਬਾ ਦੀਪ ਸਿੰਘ ਸਾਹਿਬ ਜੀਆਂ ਦੀ ਜੋਤ ਦੀਵਾ ਮਜ਼ਹਬੀ ਸਿੱਖ ਜਗਾਉਂਦੇ ਹਨ। ਤੇ ਉੱਥੋਂ ਸੰਗਤ ਜੀ ਇੱਕ ਬਜ਼ੁਰਗ ਨੇ ਦੱਸਿਆ ਕਿ ਸਾਡੇ ਵੱਡ ਵਡੇਰਿਆਂ ਤੋਂ ਪਤਾ ਲੱਗਾ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਹੁਣੀ ਮਜ਼ਹਬੀ ਸਿੱਖ ਹੋਏ ਆ। ਉਹ ਸੰਗਤ ਜੀ ਖੈਰ ਤੀਸਰੇ ਨੰਬਰ ਉੱਤੇ ਸੰਗਤ ਜੀ ਹੋਏ ਆ ਜਰਨੈਲ ਜੋਰਾਵਰ ਸਿੰਘ, ਜਿਹੜੇ ਸੰਗਤ ਜੀ ਤਿਬਤ ਦੇ ਵਿੱਚ ਜੰਗ ਦੇ ਵਿੱਚ ਸ਼ਹੀਦ ਹੋਏ ਜਰਨੈਲ ਜੋਰਾਵਰ ਸਿੰਘ। ਜਦੋਂ ਸੰਗਤ ਜੀ ਉਹ ਮਜ਼ਹਬੀ ਸ਼ਹੀਦ ਹੋਇਆ ਨਾ ਤੇ ਉਹਨੇ ਤੇ ਸੰਗਤ ਜੀ ਸੂਰਮਤਾਈ ਵਾਲੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ। ਜਦੋਂ ਜਰਨੈਲ ਜੋਰਾਵਰ ਸਿੰਘ ਸ਼ਹੀਦ ਹੁੰਦਾ ਨਾ ਤੇ ਸੰਗਤ ਜੀ ਤਿਬਤ ਦੇ ਵਿੱਚ ਲੋਕਾਂ ਨੇ ਜਰਨੈਲ ਸਿੰਘ ਦੇ ਮਾਸ ਦਾ ਇੱਕ ਇੱਕ ਟੁਕੜਾ ਉਸ ਸਮੇਂ 2200 ਰੁਪਈਏ ਵਿੱਚ ਖਰੀਦਿਆ। ਉੱਥੋਂ ਦੀ ਦੁਨੀਆਂ ਦਾ ਮੰਨਣਾ ਸੀ ਜੇ ਜਰਨੈਲ ਜੋਰਾਵਰ ਸਿੰਘ ਦੇ ਸਰੀਰ ਦਾ ਇੱਕ ਛੋਟਾ ਜਿਹਾ ਮਾਸ ਦਾ ਟੁਕੜਾ ਵੀ ਅਸੀਂ ਘਰੇ ਰੱਖ ਲਵਾਂ ਤੇ ਸਾਡੇ ਘਰ ਵਿੱਚ ਜਰਨੈਲ ਜੰਮੇਗਾ। ਇਹ ਮਜ਼ਹਬੀਆਂ ਦਾ ਇਤਿਹਾਸ ਜੀ। ਉਸ ਤੋਂ ਬਾਅਦ ਜੇ ਸੰਗਤ ਜੀ ਬਾਬਾ ਹਨੂਮਾਨ ਸਿੰਘ ਜੀ ਹੋਏ ਜੇ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਨਾਲ ਜੰਗ ਕੀਤੀ ਸੀ ਤੇ ਫਤਿਹ ਵੀ ਪ੍ਰਾਪਤ ਕੀਤੀ ਸੀ। ਇਹ ਮਜ਼ਹਬੀਆਂ ਦਾ ਇਤਿਹਾਸ ਜੇ। ਤੇ ਸੰਗਤ ਜੀ ਇੱਕ ਗੱਲ, ਮਜ਼ਹਬੀ ਸਿੱਖਾਂ ਨੂੰ ਚੌਥੇ ਪੌੜ ਵਾਲੇ ਵੀ ਕਿਹਾ ਜਾਂਦਾ ਜੇ। ਅੱਜ ਆਪਾਂ ਕਹੀਏ ਨਾ ਕਿ ਅਸੀਂ ਮਜ਼ਹਬੀ ਆ, ਕਹਿੰਦੇ ਇਹ ਚੌਥੇ ਪੌੜ ਵਾਲੇ ਆ, ਤੇ ਜਦੋਂ ਸਾਨੂੰ ਕੋਈ ਚੌਥੇ ਪੌੜ ਵਾਲੇ ਕਹਿ ਦਿੰਦਾ ਤੇ ਆਪਾਂ ਨੀਵੀਆਂ ਪਾ ਲੈਂਦੇ ਆ। ਅਸਲ ਵਿੱਚ ਚੌਥੇ ਪੌੜ ਵਾਲੇ ਸਾਨੂੰ ਕਿਉਂ ਕਿਹਾ ਜਾਂਦਾ? ਆਪ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਓ ਤੇ ਉੱਥੇ ਚਾਰ ਦਰਵਾਜ਼ੇ ਆ ਨਾ, ਚਾਰ ਦਰਵਾਜ਼ੇ ਦਰਸ਼ਨਾਂ ਡਿਓਰੀ ਆ, ਹਨਾ। ਜਿੱਥੇ ਜਿਹੜਾ ਉਹ ਸਥਾਨ ਆ ਜਿੱਥੇ ਬੀਬੀ ਦਾ ਘਰ ਵਾਲਾ ਰਾਜੀ ਹੋਇਆ, ਉਹ ਸੰਗਤ ਜੀ ਸਥਾਨ ਦੀ ਜਿਹੜੀ ਦਰਸ਼ਨਾ ਡਿਓਰੀ ਨਾ, ਉਹ ਡਿਓਰੀ ਉੱਤੇ ਕਦੇ ਮਜ਼ਹਬੀਆਂ ਦੀ ਡਿਊਟੀ ਲੱਗੀ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਜੇ ਕਿਤੇ ਜਹਾਂਗੀਰ ਵਰਗੇ ਜਾਂ ਫਿਰ ਹੋਰ ਕਈ ਨੀਚ ਬੰਦੇ ਜਿਹੜੇ ਗੁਰੂ ਘਰ ਨਾਲ ਕਦੇ ਨਿੰਦਿਆ ਕਰਨ ਲੱਗ ਗਏ ਸੀ, ਗੁਰੂ ਘਰ ਦੇ ਕਦੇ ਦੋਖੀ ਬਣ ਗਏ ਸੀ, ਜੇ ਕਦੇ ਉਹ ਅਬਦੁਲ ਵਰਗੇ ਚੜ੍ਹਾਈ ਕਰਨ ਤੇ ਮਜ਼ਹਬੀ ਹੋ, ਤੁਸੀਂ ਆ ਚੌਥੇ ਪੋੜ ਵਿੱਚ ਰੋਕ ਕੇ ਰੱਖਣੇ ਆ। ਤਾਂ ਕਰਕੇ ਸਾਨੂੰ
ਨੂੰ ਚੌਥੇ ਬੋਰਡ ਵਾਲੇ ਕਿਹਾ ਜਾਂਦਾ ਜੀ। ਇੱਕ ਗੱਲ ਹੋਰ, ਬਸ 5 ਮਿੰਟ ਦੇ ਵਿੱਚ ਸਮਾਪਤੀ ਕਰ ਦੇਣੀ। ਇੱਕ ਗੱਲ ਹੋਰ, ਜੇ ਸਮੇਂ ਸੀ ਸੰਗਤ ਜੀ ਦਿੱਲੀਓ ਆਨੰਦਪੁਰ ਸਾਹਿਬ ਪਹੁੰਚਿਆ ਤੇ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਇੱਕ ਵਚਨ ਕੀਤਾ, ਜੈਤਿਆ ਦੱਸ ਤੈਨੂੰ ਕੀ ਚਾਹੀਦਾ ਆ। ਬਾਬਾ ਜੈਤਾ ਜੀ ਹੁਣਾਂ ਨੇ ਆਖਿਆ, ਹੁਣ ਨਹੀਂ ਕੁਝ ਚਾਹੀਦਾ, ਜਿਹੜੀ ਸੇਵਾ ਮੈਂ ਕਰ ਲਈ ਮੈਨੂੰ ਪਤਾ ਮੇਰੀ ਲੋਕ ਪ੍ਰਲੋਕ ਵਿੱਚ ਥਾਂ ਤੇ ਬਾਪੂ ਤੂੰ ਬਣਾ ਹੀ ਦਿੱਤੀ ਹੋਣੀ ਆ। ਉਹਨਾਂ ਨੇ ਕਿਹਾ, ਨਹੀਂ ਦੱਸੋ ਕੀ ਚਾਹੀਦਾ ਆ। ਉਸ ਸਮੇਂ ਸੰਗਤ ਜੀ ਭਾਈ ਜੈਤਾ ਜੀ ਹੁਣਾਂ ਨੇ ਆਖਿਆ ਸੀ, ਇੱਕ ਵਾਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਦਰਸ਼ਨ ਦਾਰੇ ਚਾਹੀਦੇ ਆ। ਤੇ ਸੰਗਤ ਜੀ ਆਪਣੇ ਜਥੇ ਨੂੰ ਲੈ ਕਰਕੇ ਨਾ ਬਾਬਾ ਜੈਤਾ ਜੀ ਹੁਣੀ ਸ਼ਹੀਦੀ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਆਉਂਦੇ ਆ, ਜਿੱਥੇ ਅੱਜ ਲੰਗਰ ਹਾਲ ਬਣਿਆ ਆ, ਜਿੱਥੇ ਅੱਜ ਉਹ ਕਿਲ੍ਹਾ ਬਣਿਆ ਆ, ਜਿੱਥੇ ਸੰਗਤ ਜੀ ਸਨ ਗੱਡਿਆ ਹੋਇਆ ਆ, ਉਹ ਥਾਂ ਜਿੱਥੇ ਦਰਸ਼ਨਾ ਡਿਓਰੀ ਬਣੀ ਹੋਈ ਆ, ਤੇ ਜਾਂ ਫਿਰ ਪਿੱਛੇ ਗੁਰੂ ਰਾਮਦਾਸ ਸਰਾਂ ਬਣੀ ਆ, ਇਹ ਸਾਰਾ ਥਾਂ ਸੰਗਤ ਜੀ ਉਸ ਸਮੇਂ ਭਾਈ ਜੈਤਾ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਦਲ ਨੇ ਰੋਕ ਲਿਆ ਸੀ। ਜਦੋਂ ਸੰਗਤ ਜੀ ਦਲ ਆ ਕੇ ਬੈਠਾ ਤੇ ਇੰਨਾ ਵੱਡਾ ਇਕੱਠ ਹੋ ਗਿਆ ਸੀ, ਇੰਨੇ ਬਾਬੇ ਭਾਈ ਜੈਤਾ ਜੀ ਹੁਣਾਂ ਦੇ ਨਾਲ ਇੰਨੇ ਜਰਨੈਲ ਰਹਿੰਦੇ ਸੀ। ਜਦੋਂ ਸੰਗਤ ਜੀ ਇਤਿਹਾਸ ਦੀ ਖੋਜ ਹੋਈ ਨਾ, ਤੇ ਮਜ਼੍ਹਬੀ ਉਹਨਾਂ ਦੀ ਇੱਕ ਯਾਦ ਬਣਾਉਣੀ ਚਾਹੁੰਦੇ ਆ, ਮੁਆਫ ਕਰਨਾ। ਉੱਥੇ ਸੰਗਤ ਜੀ ਕਿਲ੍ਹਾ ਵੀ ਬਣ ਗਿਆ, ਲੰਗਰ ਹਾਲ ਵੀ ਬਣ ਗਿਆ, ਗੁਰੂ ਰਾਮਦਾਸ ਸਰਾਂ ਵੀ ਬਣ ਗਈ, ਉੱਥੇ ਦਰਸ਼ਨਾ ਡਿਓਰੀ ਵੀ ਪੱਕੀ ਕਰ ਦਿੱਤੀ। ਪਰ ਕਿਸੇ ਨੂੰ ਨਹੀਂ ਪਤਾ ਕਿ ਭਾਈ ਜੈਤਾ ਬਾਬਾ ਜੀਵਨ ਸਿੰਘ ਆ ਕੇ ਕਿੱਥੇ ਬੈਠਾ ਸੀ। ਮੁਆਫ ਕਰਨਾ ਇਹ ਸੰਗਤ ਜੀ ਸਾਡਾ ਹਾਲ ਆ। ਜੇ ਸੰਗਤ ਜੀ ਆਪਾਂ ਕਹੀਏ ਨਾ ਕਿ ਅੱਜ ਦੇ ਸਮੇਂ ਵਿੱਚ ਮਜ਼੍ਹਬੀ ਨਾਲ ਕੋਈ ਨਫ਼ਰਤ ਨਹੀਂ ਕਰਦਾ, ਤੇ ਸੰਗਤ ਜੀ ਇਹ ਗੱਲ ਬਿਲਕੁਲ ਗਲਤ ਜੀ। ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਕਿ ਸਿੱਖ ਸੀਗੇ, ਜਦੋਂ ਕਿਤੇ ਵੇਖਦੇ ਸੀ ਤੇ ਇੱਕ ਦੂਜੇ ਦੇ ਮੱਥੇ ਚੁੰਮਦੇ ਸੀ, ਪੈਰ ਚੁੰਮਦੇ ਸੀ, ਇੱਕ ਦੂਜੇ ਦੇ ਨਾਲ ਜੱਫੀਆਂ ਪਾ ਕੇ ਮਿਲਦੇ ਸੀ। ਪਰ ਅੱਜ ਉਹ ਸਮਾਂ ਨਹੀਂ ਜੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਰਦਾਸ ਕਰਕੇ ਜਾਇਓ, ਸੱਚੇ ਪਾਤਸ਼ਾਹ ਜੇ ਸਾਡੀਆਂ ਰਗਾਂ ਵਿੱਚ ਉਹੀ ਬਾਬਾ ਜੈਤਾ, ਉਹੀ ਬਾਬਾ ਹਨੂੰਮਾਨ ਸਿੰਘ, ਉਹੀ ਬਾਬਾ ਜੋਰਾਵਰ ਸਿੰਘ ਜੀ ਹੁਣਾਂ ਦਾ ਖੂਨ ਦੌੜ ਰਿਹਾ ਨਾ, ਜਿਨ੍ਹਾਂ ਨੇ ਕਦੇ ਵੈਰੀਆਂ ਨੂੰ ਦੱਸਿਆ ਸੀ ਕਿ ਅਸੀਂ ਕੌਣ ਹੁੰਦੇ ਹਾਂ, ਬਾਬਾ ਜੇ ਸਾਡੇ ਰਗਾਂ ਵਿੱਚ ਉਹਨਾਂ ਦਾ ਖੂਨ ਦੌੜ ਰਿਹਾ, ਤੇ ਉਹ ਸੂਰਮਤਾਈ, ਉਹ ਸਿੱਖੀ ਪ੍ਰਤੀ ਪ੍ਰੇਮ, ਜਾਂ ਫਿਰ ਉਹ ਵਾਲੀਆਂ ਦਾਤਾਂ ਕਦੇ ਸਾਡੀ ਝੋਲੀ ਵਿੱਚ ਪਾ, ਇਹ ਅਰਦਾਸ ਜ਼ਰੂਰ ਕਰਕੇ ਜਾਇਓ। ਇੰਨਾ ਕੁ ਸੰਗਤ ਜੀ ਬੋਲਦਿਆਂ ਚੱਲਦਿਆਂ ਏਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਮੂਰਖ ਮਤ ਆ, ਮੂਰਖ ਮਤ ਜਾਣ ਕੇ ਮੁਆਫ ਕਰ ਲਿਓ, ਅਰਦਾਸ ਕਰਕੇ ਜਾਇਓ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਨਿਭ ਜਾਵੇ, ਹਮੇਸ਼ਾ ਹੀ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਤੋੜ ਨਿਭ ਜਾਵੇ। ਆਪ ਪ੍ਰਭ ਵਰਗੀਆਂ ਸੰਗਤਾਂ ਨੇ ਗੁਰੂ ਕੇ ਦਰਬਾਰ ਦੇ ਵਿੱਚ ਆ ਕਰਕੇ ਗੁਰੂ ਦਾ ਇਤਿਹਾਸ ਸਰਵਣ ਕੀਤਾ, ਆਪ ਜੀਆਂ ਦਾ ਕੋਟਾਨ ਕੋਟ ਦਾਸ ਵੱਲੋਂ ਧੰਨਵਾਦ ਆ, ਕਿਉਂਕਿ ਅੱਜ ਦੇ ਸਮੇਂ ਵਿੱਚ ਗੁਰੂ ਘਰ ਆ ਕੇ ਗੁਰੂ ਕੀ ਬਾਣੀ ਕਥਾ ਵਿਚਾਰ ਸੁਣ ਕੇ ਕੋਈ ਰਾਜੀ ਨਹੀਂ, ਪਰ ਆਪ ਜੀ ਆ ਕੇ ਬੈਠੇ ਹੋ। ਵਡਭਾਗੇ ਹੋ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਵੱਡਿਆਂ ਭਾਗਾਂ ਨਾਲ ਸੰਗਤ ਮਿਲਦੀ ਆ, ਵਡਭਾਗੇ ਹੋ। ਆਪ ਜੀਆਂ ਨੂੰ ਇੱਕ ਵਾਰ ਫੇਰ ਤੋਂ ਸਾਡੇ ਬਾਪੂ ਬਾਬਾ ਜੀਵਨ ਸਿੰਘ ਸਾਹਿਬ ਜੀਆਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਬਾਬਾ ਜੀਵਨ ਸਿੰਘ ਸਾਹਿਬ, ਭਾਈ ਜੈਤਾ ਜੀ ਹੁਣੀ ਅਤੇ ਹੋਰ ਸ਼ਹੀਦ ਸਿੰਘ ਕਿਰਪਾ ਕਰਨ, ਸਾਡੇ ਘਰਾਂ ਦੇ ਵਿੱਚ ਐਸੇ ਬੱਚਿਆਂ ਨੂੰ ਜਨਮ ਦੇਣ ਜਿਹੜੇ ਆਉਣ ਵਾਲੇ ਸਮੇਂ ਵਿੱਚ ਆਪਣੇ ਗੁਰੂ ਦੇ ਨਾਲ ਆਪਣਾ ਪ੍ਰੇਮ ਬਣਾ ਕੇ ਰੱਖਣ। ਜਿਹੜਾ ਅੱਜ ਪਖੰਡਵਾਦ ਝੂਠਵਾਦ ਦੁਨੀਆਂ ਵਿੱਚ ਵੱਧ ਗਿਆ ਆ, ਜਿਹੜੇ ਪਖੰਡ ਨੂੰ ਆਪਾਂ ਜ਼ਿਆਦਾ ਪ੍ਰਮੋਟ ਕਰ ਰਹੇ ਹਾਂ, ਉਹ ਪਖੰਡ ਨੂੰ ਕਦੇ ਸਾਡੇ ਬੱਚੇ ਆ ਕਰਕੇ ਠੱਲ ਪਾ ਦੇਣ, ਇਹ ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਕਰਕੇ ਜਾਇਓ।
ਲੇਖਿਆ ਕਤਹਿ ਨਾ ਛੁਟੀਐ ਖਿਣ ਖਿਣ ਭੁੱਲਣ ਹਾਰ ਬਖਸਣ ਹਾਰ ਬਖਸ ਲੈ ਨਾਨਕ ਪਾਰ ਉਤਾਰ। ਫਿਰ ਓਦਾਂ ਹੀ ਗੱਜ ਕੇ ਫਤਿਹ ਬੁਲਾਇਓ, ਪਤਾ ਲੱਗੇ ਕਿ ਆਪਾਂ ਪ੍ਰੇਮ ਦੇ ਨਾਲ ਬੈਠੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।